ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਆਕਾਸ਼ ਚੈਨਲ ਅਤੇ ਮੈਂ ਰਿਸ਼ਪਾਲ ਸਿੰਘ। ਪਿਛਲੇ ਦਿਨੀ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਹੀ ਵਿਵਾਦਿਤ ਮੁੱਦਾ ਜਿਹੜਾ ਹੈ ਉਹ ਸੋਸ਼ਲ ਮੀਡੀਆ 'ਤੇ ਛਾਇਆ ਰਿਹਾ ਹੈ। ਇਸ ਸੋਸ਼ਲ ਮੀਡੀਆ ਦੇ ਮੁਤਾਬਕ, ਅਖਬਾਰਾਂ ਦੀਆਂ ਸੁਰਖੀਆਂ ਦੇ ਮੁਤਾਬਕ ਅਗਰ ਦੇਖਿਆ ਜਾਵੇ ਤਾਂ ਦਰਸ਼ਨੀ ਡਿਓੜੀ ਜੋ ਦਰਬਾਰ ਸਾਹਿਬ ਸ਼੍ਰੀ ਤਰਨ ਤਾਰਨ ਸਾਹਿਬ ਦੇ ਬਾਹਰ ਹੈ, ਉਸ ਦਰਸ਼ਨੀ ਡਿਓੜੀ ਦੇ ਉੱਪਰ ਸਿੱਖ ਵਿਰਾਸਤ ਦੀ ਇੱਕ ਧਰੋਹਰ ਕਹਿ ਕੇ ਔਰ ਉਸਦੇ ਤੋੜਨ ਦੇ ਆਰੋਪ ਜਿਹੜੇ ਨੇ ਉਹ ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਉੱਪਰ ਲੱਗ ਰਹੇ ਨੇ। ਪਰ ਇਹਦੇ ਨਾਲ ਹੀ ਬਹੁਤ ਸਾਰੀਆਂ ਸੱਚਾਈਆਂ, ਛੁਪੀਆਂ ਹੋਈਆਂ ਸੱਚਾਈਆਂ ਜਿਹੜੀਆਂ ਨੇ ਉਹਨਾਂ ਦੀ ਕੋਕ ਕਰਕੇ ਅਕਾਲ ਚੈਨਲ ਤੁਹਾਡੇ ਰੂਬਰੂ ਲੈ ਕੇ ਆਇਆ। ਬੇਸ਼ੱਕ ਪਿਛਲੇ ਦਿਨੀ ਮਹਾਂਪੁਰਖਾਂ ਵੱਲੋਂ ਉਸ ਕਾਰ ਸੇਵਾ ਦੇ ਦੌਰਾਨ ਜੋ ਛੱਜੇ ਢਾਏ ਗਏ ਨੇ, ਜੋ ਗੁੰਬਦ ਢਾਏ ਗਏ ਨੇ, ਜਾਂ ਕਾਰ ਸੇਵਾ ਵਾਸਤੇ ਦਰਸ਼ਨੀ ਡਿਓੜੀ ਦੀ ਜੋ ਇਮਾਰਤ ਨੂੰ ਜਿੰਨਾ ਨੁਕਸਾਨ ਹੋਇਆ ਉਹਨੂੰ ਲੈ ਕੇ ਸਿੱਖ ਕੌਮ ਦੇ ਕੋਲੋਂ, ਗੁਰੂ ਸਾਹਿਬ ਦੇ ਕੋਲੋਂ, ਸੰਗਤ ਦੇ ਕੋਲੋਂ ਉਹਨਾਂ ਵੱਲੋਂ ਮਾਫ਼ੀ ਜਿਹੜੀ ਹੈ ਮੰਗ ਲਈ ਗਈ ਹੈ। ਪਰ ਮਾਫ਼ੀ ਮੰਗਣ ਦੇ ਨਾਲ ਵੀ ਸੰਗਤ ਦੁਵਿਧਾ ਦੇ ਵਿੱਚ ਆ ਗਈ, ਦੋ ਹਿੱਸਿਆਂ 'ਚ ਵੰਡੀ ਗਈ ਹੈ। ਕਾਰਨ ਇਹ ਹੈ ਕਿ ਕੁਛ ਲੋਕਾਂ ਦਾ ਮੰਨਣਾ ਇਹ ਹੈਗਾ ਕਿ ਇਹ ਮਾਫ਼ੀ ਤਾਂ ਮੰਗੀ ਹੈ ਕਿਉਂਕਿ ਮਹਾਂਪੁਰਖਾਂ ਵੱਲੋਂ ਬਹੁਤ ਵੱਡੀ ਕੋਈ ਗਲਤੀ ਹੋਈ ਹੈ ਔਰ ਉਹ ਸਵੀਕਾਰ ਕਰਦੇ ਨੇ ਕਿ ਉਹਨਾਂ ਦੀ ਵਾਕਿਆ ਹੀ ਗਲਤੀ ਹੋਈ, ਜਿਹਦੇ ਕਰਕੇ ਉਹਨਾਂ ਮੁਆਫ਼ੀ ਮੰਗੀ ਹੈ। ਬਾਕੀ ਦੂਸਰਾ ਪੱਖ ਇਹ ਵੀ ਹੈਗਾ ਕਿ ਸਿੱਖ ਉਹਦੀ ਨਿੱਤ ਦੀ ਅਰਦਾਸ ਦੇ ਵਿੱਚ ਗੁਰੂ ਮਹਾਰਾਜ ਦੇ ਅੱਗੇ ਜਿਹੜੀ ਮੁਆਫ਼ੀ ਦਾ ਸ਼ਬਦ ਹੈ ਉਹ ਸ਼ਾਮਲ ਹੈ। ਅਕਸਰ ਕਈ ਬੁਲਾਰੇ ਜਿਹੜੇ ਨੇ ਸਟੇਜ ਤੋਂ ਜਦੋਂ ਬੋਲਦੇ ਨੇ ਤਾਂ ਅਖੀਰ ਦੇ ਵਿੱਚ ਮੁਆਫ਼ੀ ਮੰਗ ਕੇ ਸੰਗਤ ਦੇ ਕੋਲੋਂ ਫਤਿਹ ਬੁਲਾਉਂਦੇ ਨੇ, ਤਾਂ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਕਿਸੇ ਨੇ ਮੁਆਫ਼ੀ ਮੰਗ ਲਈ ਹੈ ਤਾਂ ਉਹ ਗੁਨਾਹਗਾਰ ਹੈ। ਇਹ ਮੁਆਫ਼ੀ ਕਿਉਂ ਮੰਗੀ ਗਈ, ਕਿੰਨੇ ਮੰਗੀ ਔਰ ਇਹ ਮੁਆਫ਼ੀ ਦੇ ਪਿੱਛੇ ਕਾਰਨ ਕੀ ਸੀ ਕਿ ਵਾਕਿਆ ਹੀ ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਖ ਨੇ ਜਾਂ ਉਹਨਾਂ ਦੇ ਜਿਹੜੇ ਬਾਕੀ ਸੇਵਾਦਾਰ ਨੇ ਉਹਨਾਂ ਦੇ ਕੋਲੋਂ ਕੋਈ ਬਹੁਤ ਵੱਡੀ ਗਲਤੀ ਹੋ ਗਈ, ਇਹ ਜਾਣੇ ਅਣਜਾਣੇ 'ਚ ਗਲਤੀ ਹੋਈ ਹੈ, ਕਿ ਜਾਂ ਇਹ ਮਹਾਂਪੁਰਖ ਕਿਸੇ ਸਾਜਿਸ਼ ਦਾ ਸ਼ਿਕਾਰ ਹੋਏ ਨੇ। ਇਸੇ ਦੇ ਉੱਤੇ ਪਰਦਾ ਚੁੱਕਣ ਦੇ ਲਈ ਅਕਾਲ ਚੈਨਲ ਦੀ ਟੀਮ ਜਿਹੜੀ ਹੈ ਇਹ ਪਹੁੰਚੀ ਹੈ ਤਰਨ ਤਾਰਨ ਸਾਹਿਬ। ਬਾਬਾ ਜੀ ਦੇ ਹੈੱਡਕੁਆਰਟਰ 'ਤੇ ਅਸੀਂ ਆਏ ਹਾਂ ਬਾਬਾ ਜਗਤਾਰ ਸਿੰਘ ਜੀ ਦੇ, ਉੱਥੇ ਉਹਨਾਂ ਦੀ ਸਾਰੀ ਟੀਮ ਮੌਜੂਦ ਹੈ ਔਰ ਸਾਡੇ ਨਾਲ ਮਹਾਂਪੁਰਖ ਬਾਬਾ ਮਹਿੰਦਰ ਸਿੰਘ ਜੀ ਸੰਗਤਾਂ ਦੇ ਰੂਬਰੂ ਹੋ ਰਹੇ ਨੇ, ਗੁਰਫਤਿਹ ਦੀ ਸਾਂਝ ਪਾਉਂਦੇ ਹੋਏ ਸੰਗਤਾਂ ਦੇ ਰੂਬਰੂ ਕਰਦੇ ਜੀ। ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਬਾਬਾ ਜਗਤਾਰ ਸਿੰਘ ਜੀ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ, ਇਸ ਮੁਆਫ਼ੀ ਨੂੰ ਕੀ ਸਮਝਿਆ ਜਾਏ ਕਿ ਵਾਕਿਆ ਹੀ ਤੁਹਾਡੇ ਕੋਲੋਂ ਕੋਈ ਬਹੁਤ ਵੱਡੀ ਗਲਤੀ ਹੋ ਗਈ? ਗਲਤੀ ਨਹੀਂ, ਇਹਨੂੰ ਕਿਹਾ ਜਾ ਸਕਦਾ ਕਿ ਇਹ ਸ਼੍ਰੋਮਣੀ ਕਮੇਟੀ ਨਾ ਮਤਾ ਪਾਇਆ ਸੀ, ਇਹਦੇ ਜੋ ਦਰਸ਼ਨੀ ਡਿਓੜੀ ਪੁਰਾਣੀ ਬਣੀ ਹੋਈ ਹੈ ਨਾ, ਇਹਦੀ ਤ੍ਰਿਆਣਾ ਪਾੜ ਚੁੱਕੀਆਂ ਸੀ, ਮਾਤ 'ਤੇ ਡਿੱਗਣ ਦਾ ਖਤਰਾ ਸੀ, ਕਈਆਂ ਦੇ ਸੱਟਾਂ ਵੀ ਲੱਗਦੀਆਂ ਥੋੜ੍ਹੀਆਂ ਥੋੜ੍ਹੀਆਂ, ਉੱਤੋਂ ਚਿਰਫਾਂ ਡਿੱਗਦੀਆਂ ਸੀ, ਸੱਟਾਂ ਲੱਗਦੀਆਂ ਸੀ, ਅਤੇ ਉਹਦਾ ਕਰਕੇ ਸ਼੍ਰੋਮਣੀ ਕਮੇਟੀ ਮਤਾ ਤਾਂ ਹੀ ਪਾਇਆ ਕਿ ਨਵੀਂ ਬਣਨ ਵਾਲੀ ਸੀ, ਉਹਨਾਂ ਦੇਖ ਕੇ ਸਾਰਾ ਕੁਝ ਕੀਤਾ, ਐਵੇਂ ਨਹੀਂ ਕੀਤਾ, ਮਤਾ ਪਾਉਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਸ਼ੁਰੂ ਕੀਤਾ ਸੀ। ਇਹ ਤਾਂ ਤੁਹਾਡੀ ਗੱਲੀ ਬਾਤੀ, ਤੁਹਾਡੇ ਕੋਲ ਕੀ ਸਬੂਤ ਹੈ ਕਿ ਉਹ ਡਿਊਟੀ ਦੀ ਹਾਲਤ ਖਸਤਾ ਸੀ, ਕੋਈ ਸਬੂਤ ਹੈਗਾ ਜੀ? ਹਾਂਜੀ ਹੈਗਾ, ਆਹ ਦੇਖੋ ਤੇੜਾ ਪਾਟੀਆਂ ਹੋਈਆਂ ਜੀ। ਇਹ ਕੀ ਨੁਕਸਾਨਿਆ ਗਿਆ ਸੀ ਜੀ? ਇਹਦਾ ਕੀ ਨੁਕਸਾਨ ਸੀ? ਇਹਦਾ ਨੁਕਸਾਨ ਕਿ ਤੇੜਾ ਪਾਟੀਆਂ ਗਈਆਂ, ਉੱਤੋਂ ਚਿਫਰਾਂ ਡਿੱਗਣ ਲੱਗ ਗਈਆਂ ਸੀ, ਲੰਘ ਦੀ ਟੱਪ ਦੀ ਸੰਗਤ ਸੱਟਾਂ ਵੀ ਲੱਗ ਸਕਦੀਆਂ ਸੀ। ਔਰ ਉਸ ਤੋਂ ਇਲਾਵਾ ਜਿੱਦਾਂ ਤੁਸੀਂ SGPC ਦਾ ਆਪਾਂ ਜ਼ਿਕਰ ਕਰ ਰਹੇ ਸੀ, SGPC ਦੀ ਵੀ ਗੱਲ ਕਰ ਰਹੇ ਸੀ ਵਿੱਚ, ਇਹ ਤਰੇੜਾਂ ਜਿਹੜੀਆਂ ਨੇ ਇਹ SGPC ਨੇ ਦੇਖੀਆਂ ਹੋਈਆਂ, ਉਹਨਾਂ ਨੂੰ ਪਤਾ ਜੀ? ਤਾਂ ਉਹਨਾਂ ਦੇ ਐਕਸੀਡੈਂਟ ਵਗੈਰਾ ਆਏ ਸੀ, ਉਹਨਾਂ ਦੇਖ ਕੇ ਹੀ ਮਤਾ ਪਾਇਆ ਸੀ ਕਿ ਕੀ ਪਾਇਆ ਸੀ। ਤਾਂ ਉਸ ਤੋਂ ਬਾਅਦ ਜਿਵੇਂ SGPC ਦੇ ਪ੍ਰਧਾਨ ਲੌਂਗੋਵਾਲ ਨੇ ਕਹਿ ਦਿੱਤਾ ਹੈ ਕਿ ਸੇਵਾਵਾਂ ਜਿੱਥੇ ਜਿੱਥੇ ਵੀ ਬਾਬਾ ਜਗਤਾਰ ਸਿੰਘ ਦੀਆਂ ਚੱਲ ਰਹੀਆਂ ਨੇ ਉਹ ਸੇਵਾਵਾਂ ਜਿਹੜੀਆਂ ਨੇ ਰੋਕ ਦਿੱਤੀਆਂ ਗਈਆਂ ਨੇ, ਬੰਦ ਕਰ ਦਿੱਤੀਆਂ ਗਈਆਂ ਨੇ। ਔਰ ਉਸ ਤੋਂ ਇਲਾਵਾ ਇਹ ਵੀ ਪਤਾ ਚੱਲਿਆ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਕਮਰੇ ਤੁਹਾਨੂੰ ਸੇਵਾ ਵਾਲਿਆਂ ਨੂੰ, ਸੇਵਾਦਾਰਾਂ ਨੂੰ ਦਿੱਤੇ ਗਏ ਸੀ, ਉਹਨਾਂ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਤਾਲੇ ਲਗਾ ਦਿੱਤੇ ਗਏ ਨੇ, ਇਹ 'ਚ ਕੀ ਸੱਚਾਈ ਹੈ? ਉਹਨਾਂ ਨੇ ਪਤਾ ਨਹੀਂ ਕਿਸ ਮਜ਼ਬੂਰੀ ਕਰਕੇ ਕੀਤਾ ਸਾਰਾ ਕੁਛ, ਬਾਕੀ ਐਸੀ ਕੋਈ ਗੱਲ ਨਹੀਂ ਹੈਗੀ, ਉਹਨਾਂ ਦੀ ਪ੍ਰਵਾਨਗੀ ਨਾਲ ਸੇਵਾ ਸ਼ੁਰੂ ਹੋਈ ਸੀ, ਉਹਨਾਂ ਦੀ ਆਪਣੀ ਕੋਈ ਮਜ਼ਬੂਰੀ ਹੋਣੀ ਹੈ, ਅਸੀਂ ਤਾਂ ਕੋਈ ਗਲਤ ਕੰਮ ਨਹੀਂ ਕੀਤਾ, ਜਿਹਦੇ ਨਾਲ ਕੋਈ ਇਹੋ ਜਿਹਾ ਕੋਈ ਉਹਨਾਂ ਨੂੰ ਜਾਪਦਾ ਹੋਵੇ, ਉਹ ਉਹਨਾਂ ਦੀ ਆਪਣੀ ਮਜ਼ਬੂਰੀ ਹੋਵੇਗੀ। ਬਾਬਾ ਜੀ, ਕੀ ਕਾਰਨ ਹੈ ਜਿਹੜੀ ਸੰਗਤ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਐਸੇ ਲੋਕ ਨੇ, ਮੈਂ ਨਹੀਂ ਜਾਣਦਾ ਕਿ ਉਹਨਾਂ ਦੇ ਵਿੱਚ ਸਿੱਖ ਕਿੰਨੇ ਨੇ, ਮੈਂ ਨਹੀਂ ਜਾਣਦਾ ਉਹਨਾਂ 'ਚੋਂ ਨਾਮ ਜਪਣ ਵਾਲੇ ਕਿੰਨੇ ਨੇ, ਬਾਣੀ ਪੜ੍ਹਨ ਵਾਲੇ ਕਿੰਨੇ ਨੇ, ਮੈਂ ਇਹ ਵੀ ਨਹੀਂ ਜਾਣਦਾ ਕਿ ਉਹਨਾਂ ਦੇ ਵਿੱਚੋਂ ਕਦੀ ਕਿਸੇ ਨੇ ਕਿਸੇ ਸੇਵਾ 'ਚ ਹਿੱਸਾ ਲਿਆ ਕਿ ਨਹੀਂ ਲਿਆ। ਪਰ ਉਹ ਮਹਾਂਪੁਰਖਾਂ ਦੇ ਉੱਪਰ ਔਰ ਖਾਸ ਕਰਕੇ ਡੇਰੇ ਦੇ ਉੱਪਰ, ਬਾਬਾ ਜਗਤਾਰ ਸਿੰਘ ਜੀ ਉਹਨਾਂ ਦੇ ਪੂਰੇ ਸੇਵਾਦਾਰਾਂ ਦੇ ਉੱਪਰ ਜਿਹੜੀ ਟਿੱਪਣੀਆਂ ਕਰ ਰਹੇ ਨੇ, ਬਹੁਤ ਭੱਦੀਆਂ ਟਿੱਪਣੀਆਂ ਕਰ ਰਹੇ ਨੇ ਕਿ ਇਹ ਜੋ ਕੁਛ ਵੀ ਹੋ ਰਿਹਾ ਇਹ ਪੈਸਿਆਂ ਦਾ ਲਾਲਚ ਸੀ, ਜਾਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਤੁਹਾਡੀ ਕੋਈ ਸੌਦੇਬਾਜ਼ੀ ਹੋਈ ਸੀਗੀ ਕਿਉਂਕਿ ਗ੍ਰਾਹੀ ਜਿਹੜੀ ਹੈ ਉਹ ਇੱਧਰਲੇ ਪਾਸਿਓਂ ਮੋਟੀ ਹੋ ਸਕਦੀ ਸੀ, ਐਸੀ ਟਿੱਪਣੀ ਕਰ ਰਹੀ ਹੈ, ਇਹ 'ਚ ਕੀ ਸੱਚਾਈ? ਸਾਡੇ ਕੋਈ ਇਹੋ ਜਿਹੀ ਭਾਵਨਾ ਨਹੀਂ ਸੀ ਕਿ ਅਸੀਂ ਗ੍ਰਾਹੀ ਕਰਕੇ ਕਰੀਏ ਜਾਂ ਅਸੀਂ ਮਾਇਆ ਇਕੱਠੀ ਕਰੀਏ, ਸਾਡਾ ਆਪਣਾ ਤਾਂ ਕੁਛ ਵੀ ਨਹੀਂ, ਸੰਗਤਾਂ ਤੋਂ ਲਾ ਕੇ ਹੀ ਸੇਵਾ ਕਰਾਉਣੀ, ਅਸੀਂ ਘਰ ਬਾਰ ਛੱਡੇ ਹੋਏ ਨੇ, ਉਹ ਕੁਛ ਸ਼ਰਾਰਤੀ ਅਨਸਰ ਨੇ ਜਿਹੜੇ ਇਹ ਬਨੌਟੀ ਗੱਲਾਂ ਬਣਾ ਕੇ ਪ੍ਰਚਾਰ ਕਰਦੇ ਨੇ।
ਬਾਬਾ ਜੀ ਬਿਲਕੁਲ ਹੋ ਸਕਦਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੋਵੇ, ਪਰ SGPC ਜਿਹੜੀ ਕਹਿ ਰਹੀ ਹੈ ਜੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਹੀ ਨਹੀਂ ਲਈ ਗਈ, ਇਹ ਵਾਕਿਆ ਹੀ ਇਸ ਤਰ੍ਹਾਂ ਦਾ ਕੋਈ ਹਾਲ ਹੋਇਆ ਜੀ? ਇਜਾਜ਼ਤ ਨਹੀਂ ਲਈ ਤੁਸੀਂ ਕੋਈ ਵੀ? ਇਜਾਜ਼ਤ ਲਈ ਗਈ ਆ, ਮਤੇ ਦੀ ਕਾਪੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਸਾਹਮਣੇ, ਇਜਾਜ਼ਤ ਵਗੈਰਾ ਅਸੀਂ ਕੋਈ ਕੰਮ ਨਹੀਂ ਕਰਦੇ ਜੀ। ਇਹਦੇ 'ਚ ਲਿਖਿਆ ਹੋਇਆ ਕਿ ਪਹਿਲਾਂ ਮਤਾ ਪਾਇਆ ਗਿਆ ਸੀ ਕਿ ਇਹਨੂੰ ਰਿਪੇਅਰ ਕੀਤਾ ਜਾਵੇ, ਦੁਬਾਰਾ ਮਤਾ ਪਾਇਆ ਗਿਆ ਮੌਕਾ ਦੇ ਕੇ ਇਹ ਰਿਪੇਅਰ ਨਹੀਂ ਹੋ ਸਕਦੀ, ਇਸ ਨੂੰ ਦੁਬਾਰਾ ਨਵੇਂ ਸਿਰੋਂ ਬਣਾਇਆ ਜਾਵੇ। ਇਹ ਪ੍ਰਵਾਨਗੀ ਹੁਣ ਕੀ ਕਾਰਨ ਹੈ? ਪ੍ਰਧਾਨ ਜਿਹੜੇ SGPC ਦੇ ਨੇ ਗੋਬਿੰਦ ਸਿੰਘ ਲੌਂਗੋਵਾਲ, ਇਹ ਸਾਈਨ ਨੇ ਚਿੱਠੀ ਤੁਹਾਡੇ ਕੋਲ, ਉਹਦੇ ਬਾਵਜੂਦ ਉਹ ਕਹਿ ਰਹੇ ਆ ਕਿ ਐਸੀ ਕੋਈ ਗੱਲ ਹੀ ਨਹੀਂ ਹੋਈ, ਮੁੱਕਰ ਰਹੇ ਨੇ, ਕੀ ਕਾਰਨ? ਸ਼ਾਇਦ ਉਹਨਾਂ ਨੂੰ ਚੇਤਾ ਭੁੱਲ ਗਿਆ, ਕੋਈ ਮਤੇ ਬਹੁਤ ਪੈਂਦੇ ਆ ਨਾ, ਪ੍ਰਧਾਨ ਸਾਹਿਬ ਨਵੇਂ ਨੇ, ਉਹਨਾਂ ਨੂੰ ਚੇਤਾ ਹੀ ਭੁੱਲ ਸਕਦਾ, ਬਾਕੀ ਇਹ ਵੀ ਹੋ ਸਕਦਾ ਕਿ ਉਹਨਾਂ ਦੀ ਮਜ਼ਬੂਰੀ ਵੀ ਹੋ ਸਕਦੀ ਹੈ। ਕਿਸ ਤਰ੍ਹਾਂ ਦੀ ਆਪਾਂ ਮਜਬੂਰੀ ਸਮਝਣੇ ਬਾਬਾ ਜੀ? ਇਹ ਉਹਨਾਂ ਨੂੰ ਪਤਾ ਕੋਈ ਰਾਜਨੀਤੀ ਦਾ ਹੋਊਗਾ, ਕੋਈ ਮਸਲਾ ਜਿਸ ਤਰ੍ਹਾਂ ਵੀ ਹੋਊਗਾ, ਉਹਨਾਂ ਨੂੰ ਪਤਾ ਹੋਊਗਾ, ਸਾਨੂੰ ਅਸੀਂ ਕੀ ਕਹਿ ਸਕਦੇ ਹਾਂ? ਨਹੀਂ, ਇਹ ਸਵਾਲ ਇਸ ਕਰਕੇ ਹੈ ਮਹਾਂਪੁਰਖੋ ਕਿਉਂਕਿ ਤੁਹਾਡੇ 'ਤੇ ਸਿੱਧੇ ਸਿੱਧੇ ਆਰੋਪ ਜਿਹੜੇ ਨੇ SGPC ਵੱਲੋਂ ਵੀ ਲੱਗ ਚੁੱਕੇ ਨੇ। SGPC ਨੂੰ ਜਵਾਬ ਦੇ ਤੁਸੀਂ ਹੋ, ਕਿਉਂਕਿ ਉਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਨਹੀਂ ਸੀ ਦਿੱਤੀ ਗਈ, ਜੇਕਰ ਉਹ ਇਹਨਾਂ ਦਾਅਵਿਆਂ ਤੋਂ ਮੁਨਕਰ ਹੋ ਰਹੇ ਨੇ, ਉਹਦਾ ਕੋਈ ਨਾ ਕੋਈ ਤਾਂ ਬਾਬਾ ਜੀ ਕਾਰਨ ਹੋਏਗਾ। ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ, ਕਿਹਦੇ ਇਸ਼ਾਰੇ 'ਤੇ ਸਾਰਾ ਕੁਝ ਹੋ ਰਿਹਾ? ਇਸ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਹੁਣ ਇਹ ਰਾਜਨੀਤਿਕ ਬੰਦਿਆਂ ਦਾ ਅਸੀਂ ਮਤਲਬ ਪੂਰਾ ਗਰੰਟੀ ਨਹੀਂ ਦੇ ਸਕਦੇ, ਸਾਨੂੰ ਨਹੀਂ ਪਤਾ ਉਹਨਾਂ ਦੀ ਕੀ ਮਜਬੂਰੀ ਹੈ, ਅਸੀਂ ਤੁਹਾਨੂੰ ਸਬੂਤ ਦਿਖਾ ਦਿੱਤਾ ਜੀ। ਬਿਲਕੁਲ, ਔਰ ਇਹ ਜੋ ਬਿਲਡਿੰਗ ਜਿਹੜੀ ਤਿਆਰ ਕਰਨੀ ਸੀਗੀ, ਜੋ ਇਹ ਦਰਸ਼ਨੀ ਡਿਓੜੀ ਦਾ ਜਿਹੜਾ ਨਕਸ਼ਾ ਸੀਗਾ, ਇਹ ਪਹਿਲਾਂ ਕਿ ਦਿਖਾਇਆ ਗਿਆ ਸੀ, ਪਾਸ ਕਰਾਇਆ ਗਿਆ ਸੀ, ਔਰ ਕਿਹੜੀ ਰੂਪ ਰੇਖਾ ਸੀ ਇਹ 'ਚ? ਦੇਖੋ, ਨਕਸ਼ਾ ਤਿਆਰ ਕੀਤਾ ਪੁਰਾਣਾ, ਜਿਸ ਤਰ੍ਹਾਂ ਕਿ ਬਣਾ ਉਹ ਡਿਓੜੀ ਦੇ ਜੋ ਵੀ ਸਾਰਾ ਉਸੇ ਤਰ੍ਹਾਂ ਹੀ ਬਣਾਇਆ ਗਿਆ, ਫੋਟੋਗ੍ਰਾਫੀ ਵੀ ਲਈਆਂ ਗਈਆਂ ਨੇ ਉਸੇ ਤਰ੍ਹਾਂ ਹੀ ਬਣਾਈ। ਤੋ ਇਹ ਜੋ ਨਕਸ਼ਾ ਸੀ, ਇਹ SGPC ਦੀ ਨੌਲੇਜ 'ਚ ਹੈ? ਉਹਨਾਂ ਦੀ ਜਦੋਂ ਇਹ ਨਕਸ਼ੇ ਦੇ ਉੱਤੇ ਉਹਨਾਂ ਦੇ ਇੰਜੀਨੀਅਰਾਂ ਨੇ ਇਹਨੂੰ ਪਾਸ ਕੀਤਾ ਜਾਂ ਉਹਨਾਂ ਦੀ ਕਮੇਟੀ ਨੇ ਇਹਨੂੰ ਦੇਖ ਕੇ ਪਾਸ ਕੀਤਾ? ਹਾਂਜੀ ਹਾਂਜੀ, ਇਸੇ ਤਰ੍ਹਾਂ ਹੋਇਆ ਸਾਰਾ ਕੁਛ, ਦੇਖ ਕੇ ਕੀਤਾ ਸਾਰਾ ਕੁਛ। ਅੱਛਾ, ਜਿਸ ਦਿਨ ਇਹ ਕਾਰ ਸੇਵਾ ਆਰੰਭ ਹੋਈ ਹੈ, SGPC ਦੇ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਉਹ ਉੱਥੇ ਹੈ ਨਹੀਂ ਸੀ, ਹਾਜ਼ਰ ਨਹੀਂ ਸੀਗੇ, ਤੁਹਾਡੇ ਨਾਲ ਕਾਰ ਸੇਵਾ ਜਿਸ ਦਿਨ ਸ਼ਾਮ ਦੇ ਸਮੇਂ ਰਾਤ ਦੇ ਸਮੇਂ ਜੋ ਆਰੰਭਤਾ ਹੋਈ, ਕੌਣ ਕੌਣ SGPC ਦਾ ਬੰਦਾ ਜਿਹੜਾ ਸੀ, ਨੁਮਾਇੰਦਾ ਜਿਹੜਾ ਸੀ ਉੱਥੇ ਸੀ ਤੁਹਾਡੇ ਨਾਲ? ਸਾਡੇ ਕੋਲ ਉਸ ਟਾਈਮ 'ਤੇ ਬੰਦੇ ਹਾਜ਼ਰ ਨਹੀਂ ਸੀ, ਮਤਲਬ ਆਮ ਮੁਲਾਜ਼ਮ ਜਿਹੜੇ ਹੁੰਦੇ ਹਨ ਜਿਨ੍ਹਾਂ ਦੀ ਡਿਊਟੀਆਂ ਰਾਤ ਨੂੰ ਹੁੰਦੀਆਂ ਨੇ, ਕੋਈ ਸਾਡੇ ਮਨ 'ਚ ਐਸੀ ਗੱਲ ਨਹੀਂ ਕਿ ਚੋਰੀ ਸੇਵਾ ਸ਼ੁਰੂ ਕਰਨੀ, ਕੋਈ ਐਸੀ ਗੱਲ ਨਹੀਂ ਸੀ ਹੈਗੀ। ਜਦੋਂ ਮਤਾ ਪੈ ਜਾਂਦਾ ਸੀ ਸੇਵਾ ਆਰੰਭ ਕਰਨੀ ਹੀ ਹੁੰਦੀ ਹੈ, ਉਹ 'ਚ ਇਹ ਹੋਇਆ ਕਿ ਜਦੋਂ ਰਾਤ ਨੂੰ 9 ਵਜੇ ਸਮਾਪਤੀ ਹੁੰਦੀ ਹੈ, ਸੁਖਾਸਨ ਹੋ ਜਾਂਦਾ ਮਹਾਰਾਜ ਦਾ, ਉਸ ਟਾਈਮ 'ਤੇ ਸੰਗਤਾਂ ਘਰ ਨੂੰ ਚਲੇ ਜਾਂਦੀਆਂ ਨੇ। ਜੇ ਅਸੀਂ ਪਹਿਲਾਂ ਸ਼ੁਰੂ ਕਰਦੇ ਸੀ ਸੰਗਤਾਂ ਦੇ ਸਰਟੀਫਿਕੇਟ ਵੀ ਲੱਗ ਸਕਦੀ ਸੀ, ਜੇ ਅਸੀਂ ਦਿਨੇ ਸ਼ੁਰੂ ਕਰਦੇ ਤਾਂ ਵੀ ਸਰਟੀਫਿਕੇਟ ਲੱਗ ਸਕਦੇ, ਕਿਉਂਕਿ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ, ਨਾਲੇ ਲਾਗੇ ਦੁਕਾਨਾਂ ਵੀ ਨੇ, ਦੁਕਾਨਾਂ ਦਾ ਨੁਕਸਾਨ ਵੀ ਹੋ ਸਕਦਾ ਸੀ, ਕੁਛ ਦੁਕਾਨਾਂ ਸੀ ਜਿਹਨੇ ਕਿਰਾਏ 'ਤੇ ਬੈਠੇ ਸੀ, ਕਿਰਾਏਦਾਰ ਸੋਨੂ ਕਮੇਟੀ ਬਿਠਾਇਆ ਗਿਆ ਸੀ, ਉਹਨਾਂ ਤੋਂ ਦੁਕਾਨਾਂ ਲੈ ਕੇ ਟਾ ਕੇ ਜਗ੍ਹਾ ਪੱਧਰੀ ਕਰ ਦਿੱਤੀ, ਲਾਗੇ ਅਸੀਂ ਬੇਸਮੈਂਟ ਵੀ ਬਣਾਉਣੀ ਸੀ, ਅਤੇ ਅਸੀਂ ਕਿਸੇ ਨਾਲ ਕੋਈ ਉਹੋ ਜਿਹਾ ਨਜਾਇਜ਼ ਕੰਮ ਨਹੀਂ ਕੀਤਾ। ਉਹ ਇਵੇਂ ਗੱਲਾਂ ਬਣਾ ਰਹੀ ਕਿ ਰਾਤ ਨੂੰ ਬਾਬੇ ਥਾਰ ਲੈ ਕੇ ਆ ਗਏ, ਜੁੱਤੀਆਂ ਲੈ ਕੇ ਆ ਗਏ, ਜਿਹਨਾਂ ਬੇਇੱਜ਼ਤੀ ਕੀਤੀ, ਜੋ ਇਹੋ ਜਿਹੀ ਕੋਈ ਗੱਲ ਨਹੀਂ, ਸਭ ਲੋਕ ਝੂਠ ਬੋਲ ਰਹੇ ਹੈ, ਸ਼ਰਾਰਤੀ ਲੋਕ ਜਿਹੜੇ ਨੇ ਉਹ ਇਹ ਚੀਜ਼ਾਂ ਨੂੰ ਪ੍ਰੋਪੇਗੰਡਾ 'ਚ ਲਿਆ ਰਹੇ ਨੇ। ਕਿਸੇ ਤਰ੍ਹਾਂ ਦਾ ਉਸ ਰਾਤ ਨੂੰ ਟਕਰਾਅ ਹੋਇਆ ਜੀ ਤੁਹਾਡਾ? ਜੇ ਟਕਰਾਅ ਨਹੀਂ ਹੋਇਆ ਤਾਂ ਕੋਈ ਇਸ ਦਾ ਸਬੂਤ ਆਪਣੇ ਕੋਲ ਹੋਵੇ ਕਿ ਜਿਵੇਂ ਤੁਸੀਂ ਇਹ ਚੀਜ਼ਾਂ ਦਿਖਾਈਆਂ ਨੇ, ਇੱਦਾਂ ਦਾ ਕੋਈ ਹੋਰ ਸਬੂਤ ਹੋਵੇ ਜਿਹਦੇ 'ਚ ਇਹ ਕਲੀਅਰ ਹੋ ਸਕੇ ਕਿ ਉਸ ਰਾਤ ਸੇਵਾ ਦੇ ਸਮੇਂ ਇਹ ਸੇਵਾ ਜਿਹੜੀ ਹੈ ਬਿਲਕੁਲ ਆਰਾਮ ਦੇ ਨਾਲ ਹੋ ਰਹੀ ਸੀ, ਔਰ ਜੇ ਟਕਰਾਅ ਨਹੀਂ ਹੋਇਆ ਤਾਂ ਫਿਰ ਇਹ ਸੇਵਾ ਰੁਕੀ ਕਿਉਂ? ਇਸ ਤਰ੍ਹਾਂ ਕਿ 20-25 ਬੰਦੇ ਆਏ ਜਿਹੜੇ ਸ਼ਰਾਰਤੀ ਸੀ ਨਾ, ਵੀ ਤੁਸੀਂ ਕਿਉਂ ਉਟਾਰੇ ਜੇ, ਗਾਲਾਂ ਕੱਢਣ ਲੱਗ ਗਏ ਆ ਕੇ, ਉੱਧਰ ਪੁਲਿਸ ਵੀ ਬੁਲਾ ਲਈ ਉਹਨਾਂ ਨੇ, ਫਿਰ ਪੁਲਿਸ ਨੇ ਦੇਖਿਆ ਕਿ ਝਗੜਾ ਨਾ, ਪੁਲਿਸ ਨੇ ਕੰਮ ਬੰਦ ਕਰਾ ਦਿੱਤਾ, ਅਸੀਂ ਸਾਨੂੰ ਫਿਰ ਬੰਦ ਕਰਨਾ, ਕਿਉਂਕਿ ਪ੍ਰਸ਼ਾਸਨ ਤਾਂ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਲੜਾਈ ਝਗੜਾ ਨਾ ਹੋਏ, ਅਸੀਂ ਬੰਦ ਕਰਤੀ। ਬਾਬਾ ਜੀ, ਇਹ ਇੱਕ ਚੀਜ਼ ਮੈਂ ਜਿਹੜੀ ਜ਼ਰੂਰ ਪੁੱਛਣੀ ਚਾਹਾਂ, ਤੁਸੀਂ ਹੁਣ ਇੱਕ ਜ਼ਿਕਰ ਕੀਤਾ ਗਾਲਾਂ ਦਾ, ਜ਼ਿਕਰ ਕੀਤਾ ਗਾਲਾਂ, ਮਤਲਬ ਜੋ ਸਾਡੀ ਭਾਸ਼ਾ ਦੇ ਵਿੱਚ ਕਿਸੇ ਸੰਤ ਮਹਾਂਪੁਰਖ ਸੇਵਾਦਾਰ, ਜਿਨ੍ਹਾਂ ਨੂੰ ਅਸੀਂ ਸਤਿਕਾਰਯੋਗ ਕੌਮ ਦੇ ਬੜੇ ਅਨਮੋਲ ਹੀਰੇ ਹੁੰਦੇ ਨੇ ਕਾਰ ਸੇਵਾ ਵਾਲੇ ਸਾਰੇ, ਜੇ ਤੁਹਾਡੀ ਗੱਲ ਕਰੀਏ ਜਾਂ ਇਹ ਐਡੀ ਭੱਦੀ ਸ਼ਬਦਾਵਲੀ, ਗਾਲਾਂ ਦਾ ਮਤਲਬ ਬਹੁਤ ਗੰਦੀ ਭੱਦੀ ਸ਼ਬਦਾਵਲੀ, ਤੋ ਜੇ ਤੁਹਾਡੇ ਵਾਸਤੇ ਵਰਤ ਰਹੇ ਨੇ ਤਾਂ ਮੇਰੇ ਖਿਆਲ ਗੁਰਸਿੱਖ ਤਾਂ ਹੋ ਨਹੀਂ ਸਕਦੇ। ਹਾਂਜੀ, ਉਹ ਸਰਾਤੀ ਅਨਸਰ ਹੀ ਹੁੰਦੇ ਨੇ ਕਿ ਜਿਹੜੇ ਗੁਰਸਿੱਖ ਨੇ ਸੇਵਾ ਕਰਨ ਵਾਲੇ, ਉਹਨਾਂ ਨੂੰ ਕੀ ਲੋੜ ਇਹੋ ਜਿਹਾ ਸ਼ਬਦ ਬੋਲਣ ਦੀ, ਸਰਾਤੀ ਬੰਦੇ ਕਰਦੇ ਜੋ ਕਰ। ਜੋ ਇਸ ਵੇਲੇ ਐਨਾਲਿਸਿਸ ਕੱਢੇ ਜਾ ਰਹੇ ਨੇ ਵੱਖ ਵੱਖ ਜਿੰਨੇ ਵੀ ਸੂਝਵਾਨ ਲੋਕ ਨੇ, ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਜੋ ਕੁਝ ਵੀ ਹੋਇਆ ਵਾਪਰਿਆ, ਇਹ ਕੋਈ ਐਸੀ ਧਿਰ ਹੈ, ਰਾਜਨੀਤਿਕ ਧਿਰ ਹੈ ਕਿ ਜਿਹੜੀ ਫਾਇਦਾ ਲੈਣ ਵਾਸਤੇ ਇਹ ਕਾਰ ਸੇਵਾ ਵਾਲਿਆਂ ਨੂੰ ਬਲੀ ਦੇ ਬੱਕਰੇ ਬਣਾਏ ਜਾ ਰਹੇ ਨੇ, ਇਹਦੇ 'ਚ ਤੁਹਾਨੂੰ ਕੀ ਲੱਗਦਾ? ਇਹ ਤਾਂ ਲੋਕਾਂ ਦੀ ਰਾਏ ਹੈ, ਲੇਕਿਨ ਸਵਾਲ ਉਹਨਾਂ ਦਾ ਹੀ ਹੈ, ਲੇਕਿਨ ਤੁਹਾਨੂੰ ਕੀ ਲੱਗਦਾ ਕਿ ਇਹਦੇ 'ਚ ਵਾਕਿਆ ਹੀ ਤੁਹਾਡੇ ਮੋਢੇ 'ਤੇ ਰੱਖ ਕੇ ਬੰਦੂਕ ਜਿਹੜੀ ਹੈ ਚਲਾਈ ਜਾ ਰਹੀ ਹੈ, ਔਰ ਲੱਗ ਰਿਹਾ ਕਿ ਕਿਸੇ ਨਾ ਕਿਸੇ ਐਸੀ ਰਾਜਨੀਤਿਕ ਪਾਰਟੀ ਨੂੰ ਜਿਹੜੀ ਇਸ ਵੇਲੇ ਹਲਕਾ ਖਡੂਰ ਸਾਹਿਬ ਤੋਂ ਖੜ੍ਹੀ ਹੈ,
ਅਸੀਂ ਤਾਂ ਇਹ ਸੋਚ ਰਹੇ ਹਾਂ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨਾ ਸਾਰੀਆਂ ਉੱਥੇ ਆ ਕੇ 10-10-20-20 ਬੰਦੇ ਆ ਕੇ ਫੋਟੋਆਂ ਖਿਚਾ ਕੇ ਧਰਨੇ ਲਾ ਕੇ ਆ ਕੇ ਚਲੇ ਜਾਂਦੇ ਨੇ, ਸਿਰਫ ਵੋਟਾਂ ਦਾ ਕਰਕੇ ਲਾਹ ਲੈ ਰਹੇ ਨੇ। ਮੈਂ ਆਪ ਜੀ ਵੱਲੋਂ ਹੀ ਤਾਂ ਇਹੀ ਤਾਂ ਕਹਿ ਰਿਹਾ ਵੀ ਡੇਰੇ ਨੂੰ ਵਰਤਿਆ ਗਿਆ ਜੀ, ਸੇਵਾਦਾਰਾਂ ਨੂੰ ਵਰਤਿਆ ਗਿਆ, ਕਾਰ ਸੇਵਾ ਵਾਲਿਆਂ ਦਾ ਇਹਦੇ ਨਾਲ ਮਨੋਬਲ ਜਿਹੜਾ ਮਹਾਂਪੁਰਖਾਂ ਦਾ, ਸੇਵਾਦਾਰਾਂ ਦਾ, ਬਾਕੀ ਸਾਰਿਆਂ ਦਾ, ਇਸ ਮਨੋਬਲ 'ਤੇ ਕੀ ਅਸਰ ਪੈਂਦਾ ਜੀ? ਸਾਡੇ 'ਤੇ ਬਹੁਤ ਮਾੜਾ ਅਸਰ ਪੈਂਦਾ, ਕਿਉਂਕਿ ਸਾਡੀ ਸੇਵਾ ਭਾਵਨਾ ਜੀ ਸਾਡੇ 100 ਸਾਲ ਤੋਂ ਲੈ ਕੇ ਸਾਰੀ ਸੰਪਤਾ ਸੇਵਾ ਕਰਦੀ ਆ ਰਹੀ ਹੈ। ਸਾਡੇ ਮਨ 'ਤੇ ਵੀ ਆਉਂਦਾ ਕਿ ਅਸੀਂ ਗੁਰੂ ਘਰ ਇੰਨੇ ਬਣਾਏ ਨੇ, ਸਾਨੂੰ ਕਿਹੋ ਜਿਹੀ ਸ਼ਾਬਾਸ਼ ਦਿੱਤੀ ਜਾ ਰਹੀ ਹੈ, ਪਰ ਸਾਨੂੰ ਕੋਈ ਗੱਲ ਨਹੀਂ, ਅਸੀਂ ਮਤਲਬ ਸਾਨੂੰ ਗਾਲਾਂ ਵੀ ਕਰਦੇ ਤਾਂ ਵੀ ਗੱਲ ਨਹੀਂ, ਜੇ ਚੰਗਾ ਕਹਿ ਦਿੰਦੇ ਤਾਂ ਵੀ ਕੋਈ ਗੱਲ ਨਹੀਂ। ਅੱਛਾ ਵਾਹਿਗੁਰੂ ਜੀ, ਇੱਕ ਅਕਸਰ ਗੱਲ ਕੀਤੀ ਜਾਂਦੀ ਹੈ ਜਿਹੜੀਆਂ ਕੌਮ ਦੀਆਂ ਧਰੋਹਰਾਂ ਨੇ, ਜੋ ਓਰੀਜਨੈਲਿਟੀ ਹੈ ਉਹਨੂੰ ਖਤਮ ਕਰਨ ਵਾਸਤੇ ਵੀ ਇੱਕ ਆਰੋਪ ਲਗਾਏ ਜਾਂਦੇ ਜੀ, ਪੱਥਰ ਲਗਾ ਲਗਾ ਕੇ ਜਿਹੜੀ ਹੈ ਨਾ ਕੌਮ ਦੇ ਜਿਹੜੀਆਂ ਉਹ ਕੀਮਤੀ ਨਿਸ਼ਾਨੀਆਂ ਨੇ ਉਹਨਾਂ ਨੂੰ ਟੱਕ ਦਿੱਤਾ ਗਿਆ, ਜਿਹਨੂੰ ਦੇਖ ਕੇ ਕੌਮ ਨੇ ਕੋਈ ਸਬਕ ਲੈਣਾ ਸੀ, ਕੌਮ ਦੇ ਅੰਦਰਲਾ ਜਿਹੜਾ ਲਹੂ ਸੀ ਜਾਂ ਜ਼ਮੀਰ ਸੀ ਕਹੀਏ ਤਾਂ ਉਹ ਜਾਗਣਾ ਸੀ, ਜਿਹਨੂੰ ਕੁਛ ਨਾ ਕੁਛ ਐਨਰਜੀ ਜਿਹੜੀ ਕੌਮ ਨੂੰ ਹਕੀਕਤ ਦੇਖ ਕੇ ਮਿਲਦੀ ਸੀ, ਇਹ ਆਰੋਪ ਤੁਹਾਡੇ 'ਤੇ ਕਿਉਂ ਲੱਗ ਰਿਹਾ ਕਿ ਪੱਥਰਾਂ ਦੇ ਨਾਲ ਉਹ ਟੱਕ ਦਿੱਤੀ ਗਈ ਹੈ ਕੌਮੀ ਵਿਰਾਸਤਾਂ, ਕੌਮ ਦੀਆਂ ਉਹ ਨਿਸ਼ਾਨੀਆਂ? ਸਾਡੇ ਵੱਲੋਂ ਜੋ ਸੇਵਾਵਾਂ ਹੋਈਆਂ ਨੇ ਨਾ, ਅਸੀਂ ਕਿਤੇ ਵੀ ਇਹੋ ਜਿਹੀ ਚੀਜ਼ ਨਹੀਂ ਕੀਤੀ, ਅਸੀਂ ਸਭ ਕੁਝ ਠੀਕ ਹੀ ਕੀਤਾ, ਕਿਸੇ ਹੋਰ 'ਤੇ ਅਸੀਂ ਜ਼ਿੰਮੇਵਾਰੀ ਕਿਸੇ ਹੋਰ ਕੋਈ ਗਲਤੀ ਕੀਤੀ ਹੋਵੇ ਤਾਂ ਕਾਸ ਵਾਲੇ ਕਿਹੜੇ ਬਹੁਤ ਜ਼ਿਆਦਾ ਬਾਬੇ ਆ ਨਾ, ਸਾਡੇ ਜਿੰਮੇ ਸਾਰੀ ਗੱਲਾਂ ਨਾ ਲਾਈਆਂ ਜਾਣ ਜੀ। ਬਿਲਕੁਲ, ਅਕਸਰ ਕੀ ਹੁੰਦਾ ਕਿ ਕਿਸੇ ਦੀ ਗਲਤੀ ਕਿਸੇ ਦੇ ਮੱਥੇ ਮੜੀ ਜਾਂਦੀ ਹੈ ਦੇਖਣ 'ਚ ਆਉਂਦਾ, ਲੇਕਿਨ ਅਸੀਂ ਬਾਬਾ ਜੀ ਵੱਲੋਂ ਇਹੀ ਗੱਲ ਕਲੀਅਰ ਕੀਤੀ ਗਈ ਹੈ ਕਿ ਜਿਹੜੀਆਂ ਇਲਜ਼ਾਮ ਸੋਸ਼ਲ ਮੀਡੀਆ 'ਤੇ ਲਗਾਏ ਜਾ ਰਹੇ ਨੇ, ਇੱਕ ਵਾਰੀ ਸੋਸ਼ਲ ਮੀਡੀਆ ਦੇ ਉਹਨਾਂ ਯੋਧਿਆਂ ਨੂੰ ਅਪੀਲ ਹੈਗੀ ਆ ਕਿ ਇਹ ਦੇਖੋ ਜ਼ਰੂਰ ਕਿ ਉਹ ਸੇਵਾਵਾਂ ਕਿੰਨਾ ਵੱਲੋਂ ਕਰਵਾਈਆਂ ਗਈਆਂ ਸੀ, ਉੱਥੇ ਕੌਣ ਕਾਰ ਸੇਵਾ ਵਾਲੇ ਸੀਗੇ, ਇਹਨਾਂ ਦਾ ਇਹ ਸਪਸ਼ਟੀਕਰਨ ਇਸ ਮੁੱਦੇ ਦੇ ਉੱਤੇ ਕਿ ਸਾਡੇ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਿੱਖ ਵਿਰਾਸਤ ਨੂੰ, ਸਿੱਖਾਂ ਦੀਆਂ ਕੀਮਤੀਆਂ ਨਿਸ਼ਾਨੀਆਂ ਨੂੰ ਕੋਈ ਨੁਕਸਾਨ ਨਹੀਂ ਕੀਤਾ ਗਿਆ, ਨਾ ਉੱਥੇ ਕੋਈ ਪੱਥਰ ਲਗਾਏ ਗਏ ਨੇ, ਨਾ ਕਿਤੇ ਸੰਗਮਰਮਰ ਲਗਾਇਆ ਗਿਆ। ਜੇਕਰ ਕਿਸੇ ਨੇ ਹੋਰ ਨੇ ਲਗਾਏ ਨੇ ਤਾਂ ਉਹਦੀ ਜ਼ਿੰਮੇਵਾਰੀ ਇਹਨਾਂ ਦੀ ਕਿਉਂ ਬਣਦੀ ਹੈ, ਇਹਨਾਂ 'ਤੇ ਉਂਗਲ ਕਿਉਂ ਚੁੱਕੀ ਜਾਂਦੀ ਹੈ? ਇਹ ਸਵਾਲ ਹੈ, ਔਰ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਦ ਸੋਸ਼ਲ ਮੀਡੀਆ 'ਤੇ ਤੁਸੀਂ ਕੋਈ ਕਮੈਂਟ ਕਰਦੇ ਹੋ ਤਾਂ ਇੱਕ ਵਾਰੀ ਇਤਿਹਾਸ ਫਰੋਲ ਲਿਆ ਕਰੋ, ਅਗਰ ਸ਼ੰਕਾ ਵੀ ਹੋਵੇ ਤਾਂ ਉਸ ਡੇਰੇ ਦੇ ਨੰਬਰ ਜਿਹੜੇ ਨੇ ਉਹਨਾਂ 'ਤੇ ਸੰਪਰਕ ਵੀ ਤੁਸੀਂ ਕਰ ਸਕਦੇ ਹੋ। ਦੇਸ਼ ਵਿਦੇਸ਼ 'ਚ ਤੁਹਾਡੀ ਸੰਗਤ ਬੈਠੀ ਹੈ ਜੀ, ਜਿਹੜੀ ਅਕਾਲ ਚੈਨਲ ਦੇ ਜ਼ਰੀਏ ਵੀ ਆਪ ਜੀ ਨੂੰ ਦੇਖ ਰਹੀ ਹੈ, ਜਿਹੜੀ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਤੁਹਾਨੂੰ ਦੇਖ ਰਹੀ ਹੈ, ਔਰ ਬਹੁਤ ਸਾਰੀ ਸੰਗਤ ਐਸੀ ਹੈ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਹੈ, ਇਸ ਸਾਰੀਆਂ ਸੇਵਾਵਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ, ਉਹਨਾਂ ਸੰਗਤਾਂ ਦਾ ਮਨ ਉਹਨਾਂ ਨੂੰ ਠੇਸ 'ਤੇ ਪਹੁੰਚੀ ਹੈ ਜਿਹੜੀ ਪਿੱਛੇ ਦਿਨਾਂ ਦੀ ਕੋਈ ਰਿਪੋਰਟ ਉਹਨੂੰ ਦੇਖ ਕੇ। ਪਰ ਅਕਾਲ ਚੈਨਲ ਆਪਣਾ ਫਰਜ਼ ਸਮਝਦਾ ਹੋਇਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਵਾਸਤੇ ਤਰਨ ਤਰਨ ਆਇਆ, ਅਸੀਂ ਕੋਈ ਗਲਤ ਰਿਪੋਰਟ ਨਹੀਂ ਪੇਸ਼ ਕਰਨੀ ਚਾਹੁੰਦੇ ਜਿਹਦੇ ਨਾਲ ਕੌਮ ਦੀ ਬਦਨਾਮੀ ਹੋਵੇ, ਜਿਹਦੇ ਨਾਲ ਸਿੱਖੀ ਦੀ ਬਦਨਾਮੀ ਹੋਵੇ, ਜਿਹਦੇ ਨਾਲ ਸੇਵਾ ਦੀ ਬਦਨਾਮੀ ਹੋਵੇ। ਔਰ ਇਹ ਕਾਰ ਸੇਵਾ ਦੀ ਅਗਰ ਗੱਲ ਕਰੀਏ ਤਾਂ ਸੇਵਾਵਾਂ ਜਦੋਂ ਭਾਈ ਘਨੱਈਆ ਜੀ ਨੇ ਵੀ ਕੀਤੀਆਂ ਸੀਗੀਆਂ ਨਾ, ਉਦੋਂ ਵੀ ਗੁਰੂ ਸਾਹਿਬ ਕੋਲ ਆਣ ਕੇ ਲੋਕਾਂ ਨੇ ਸ਼ਿਕਾਇਤ ਜ਼ਰੂਰ ਕੀਤੀ ਸੀ, ਉਹ ਸੇਵਾ ਨੂੰ ਵੀ ਉਂਗਲੀ ਚੁੱਕੀ ਗਈ ਸੀ। ਸੋ ਸੇਵਾਵਾਂ ਜਦੋਂ ਹੋਣਗੀਆਂ ਤਾਂ ਉਂਗਲੀ ਚੁੱਕਣੀ ਸੁਭਾਵਿਕ ਹੈ। ਆਖਰ ਦੇ ਵਿੱਚ ਜਿਹੜੀ ਸੰਗਤ ਦੇਸ਼ ਵਿਦੇਸ਼ ਦੀ ਹੈ ਜੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਸਭ ਸੰਗਤਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦੁਬਿਧਾ ਦੇ ਵਿੱਚ ਨਾ ਪੈਣ। ਅਸੀਂ ਕੋਈ ਆਪਣੇ ਮਨੋਰਥ ਵਾਸਤੇ ਸਵਾਰਥ ਵਾਸਤੇ ਕੋਈ ਕੰਮ ਨਹੀਂ ਕੀਤਾ। ਕਾਰ ਸੇਵਾ ਹਮੇਸ਼ਾ ਸ਼੍ਰੋਮਣੀ ਕਮੇਟੀ ਦੇ ਮਤਾਂ ਨਾਲ ਹੀ ਕੀਤੀ ਜਾਂਦੀ ਹੈ, ਮਤੇ ਵੀ ਸੋਚ ਵਿਚਾਰ ਕੇ ਪਾਏ ਜਾਂਦੇ ਨੇ, ਮੌਕਾ ਦੇਖ ਕੇ ਪਾਏ ਜਾਂਦੇ। ਠੀਕ ਹੀ ਇਹ ਮਰਥ ਖਸਤਾ ਹੈ, ਇਸ ਕਰਕੇ ਸੰਗਤਾਂ ਵਾਦ ਵਾਦ ਨਾ ਖੜੀਆਂ ਕਰਨ, ਮਤਲਬ ਕਈ ਸ਼ਰਾਰਤੀ ਅਨਸਰ ਹੁੰਦੇ ਨੇ ਉਹਨਾਂ ਦੇ ਕਹੇ 'ਤੇ ਐਵੇਂ ਨਾ ਗੱਲਾਂ ਕਰਨ, ਪੂਰੇ ਸਬੂਤ ਦੇਖਣ। ਜੇ ਕੋਈ ਉੱਥੋਂ ਆਉਂਦਾ ਵੀ ਤਾਂ ਆ ਕੇ ਦਰਸ਼ਨ ਕਰਕੇ ਦੇਖਣ ਵੀ ਠੀਕ ਹੀ ਇਮਾਰਤ ਕਿਸ ਤਰ੍ਹਾਂ ਦੀ ਹੈ, ਕੀ ਉੱਥੇ ਬੰਨਾ ਕੀ ਨੇ, ਕਿਉਂਕਿ ਲੋਕਾਂ ਦੇ ਕਹੇ 'ਤੇ ਜਿਹੜੇ ਸ਼ਰਾਰਤੀ ਲੋਕ ਉਹਨਾਂ ਦੇ ਕਹੇ 'ਤੇ ਪ੍ਰੋਪੋਗੰਡਾ ਸੁਣ ਕੇ ਅਸਰ ਕੀਤੇ ਜਾ ਰਹੇ ਨੇ। ਇਸ ਕਰਕੇ ਸੰਗਤਾਂ ਜ਼ਿਆਦਾ ਇਹਨਾਂ ਝੂਠੀਆਂ ਚੀਜ਼ਾਂ ਨੂੰ ਨਾ ਸੁਣਨ, ਅਸਲੀਅਤ ਨੂੰ ਪਛਾਣਨ। ਜੇ ਕੋਈ ਮਾੜੀ ਮੋਟੀ ਗੱਲ ਹੋਈ ਵੀ ਹੈ, ਜੇ ਕਿਸੇ ਨੂੰ ਰੋਸ ਆਇਆ ਵੀ ਹੈ, ਤਾਂ ਅਸੀਂ ਸੇਵਾਦਾਰ ਹਾਂ ਗੁਰੂ ਘਰ ਦੇ, ਅਸੀਂ ਮਾਫ਼ੀ ਮੰਗ ਲੈਂਦੇ ਹਾਂ। ਮਤਲਬ ਇਸ ਵਾਸਤੇ ਮਹਿਸੂਸ ਨਾ ਕੀਤਾ ਜਾਵੇ ਕਿ ਅਸੀਂ ਠੀਕ ਹੀ ਗਲਤ ਹਾਂ। ਦੇਖੋ, ਸਾਧਾਂ ਸੰਤਾਂ ਦੀ, ਮਹਾਂਪੁਰਖਾਂ ਦੀ ਨਿਸ਼ਾਨੀ ਹੁੰਦੀ ਕਿ ਨਿਮਰਤਾ ਉਹਨਾਂ ਦੇ ਹਰ ਅਲਫਾਜ਼ ਦੇ ਵਿੱਚ ਹੁੰਦੀ ਹੈ, ਨਿਮਰਤਾ ਉਹਨਾਂ ਦੇ ਚਾਲ ਚੱਲਣ ਦੇ ਵਿੱਚ ਦਿਖਾਈ ਦਿੰਦੀ ਹੈ, ਔਰ ਨਿਮਰਤਾ ਦੇ ਨਾਲ ਹੀ ਉਹ ਭਰੇ ਹੁੰਦੇ ਨੇ। ਸੋ ਮੁਆਫ਼ੀ ਮੰਗ ਲੈਣਾ, ਇੱਕ ਵਾਰੀ ਫਿਰ ਕੈਮਰੇ 'ਤੇ ਇਹਨਾਂ ਨੇ ਸੰਗਤ ਦੇ ਕੋਲੋਂ ਮੁਆਫ਼ੀ ਦੀ ਬੇਨਤੀ ਕੀਤੀ ਹੈ, ਮੁਆਫ਼ੀ ਮੰਗ ਲਈ ਹੈ। ਲੇਕਿਨ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਉਹਨਾਂ ਸਾਰੇ ਵੀਰਾਂ ਨੂੰ, ਬਹੁਤ ਸਾਰੀਆਂ ਅੱਜ ਅਖਬਾਰਾਂ ਵੀ ਇਹਨਾਂ ਸੁਰਖੀਆਂ ਨਾਲ ਭਰੀਆਂ ਪਈਆਂ ਨੇ ਕਿ ਇਹਨਾਂ ਦੇ ਜਿਹੜੇ ਬਾਬਾ ਜਗਤਾਰ ਸਿੰਘ ਜੀ ਹੈ ਜਾਂ ਉਹ ਸੇਵਾਦਾਰ ਹੈ ਜਿਹੜੇ ਉੱਥੇ ਉਸ ਦਿਨ ਰਾਤ ਨੂੰ ਸੇਵਾ ਕਰ ਰਹੇ ਸੀਗੇ, ਉਹਨਾਂ ਦੇ ਉੱਪਰ ਮਾਮਲੇ ਦਰਜ ਕਰਾਏ ਜਾਣ। ਭਾਈ ਲੌਂਗੋਵਾਲ ਜੀ ਨੂੰ ਕਿਹਾ ਗਿਆ ਕਿ ਇਹ ਮਾਮਲਾ ਜਿਹੜਾ ਦਰਜ ਕਰਵਾਇਆ ਜਾਏ। ਪਰ ਇਹਦੇ ਨਾਲ ਇੱਕ ਮੇਰੀ ਬੇਨਤੀ ਜ਼ਰੂਰ ਹੈ, ਕੋਈ ਵੀ ਕਮੈਂਟ ਕਰਨ ਤੋਂ ਪਹਿਲਾਂ ਸਾਰਿਆਂ ਵੀਰਾਂ ਨੂੰ ਬੇਨਤੀ ਹੈ
एस जी पी सी दे ऑफिस जरूर जाओ। आ मेरे हाथ दे विच एक चिट्ठी है जो जारी हुई है एस जी पी सी दे ऑफिस तो, और मैं दस भी देना जी ये ते जिहड़ा नंबर हैगा जी 5079 नंबर है इस चिट्ठी का, और 19/7/2018 नूं जिहड़ी है ये जारी हुई है। डॉक्टर रूप सिंह होना ने ये साइन किए ने, और आ मता आ चिट्ठी जिहड़ी है इजाजत जिहड़ी है ना इस दर्शनी ड्योड़ी दीआं सेवावां दी ये एस जी पी सी वल्लों दित्ती गई है। अगर तुहानू कोई कानूनी कार्रवाई करन वास्ते जां कानूनी कार्रवाई की गल लगती है कि होनी चाहिए है तो जेकर कोई इस चिट्ठी तो मुकर रहा है तो मेरे हिसाब नाल मुकरन वाले बंदे का दोष बनता है। सो ये संगत समझदार है, तुसीं इस गल दे खुद ही जानते हो, इलैक्शन सिरते ने, चुनावी स्टंट जरूर होंगे ने, कई बार आम तौर पर कई भोले पंछियों इलैक्शनों के निशाने जोड़े ने बनाए जाते हैं। सो इस बार इस तरह लग रहा कि जिवें कार सेवा वाले जोड़े ने राजनीति के शिकार हो गए हों। सो आने वाले समय के होर भी क्लीयर हो जाएगा जदों इलैक्शन खत्म होने ने कि बंदा आण के इस डेरे पर आ के माफ़ी मांग लेगा ये तो हमें उस दिन ही क्लीयर हो जाएगा। जिदन चोणा खत्म हो गई चोणा पैनगियाँ रिजल्ट आए या ना आए सात संगत जी, लेकिन जिदन वोटा खत्म हो गई चोणा पै गई उस दिन ही शामां इतने गड्डिया मैनू लगता कि घूक दियाँ आनगियां और कहणगे कि बाबा जी सेवा शुरू कर लो, मैनू लगता है। बाकी आने वाले समय के पता चलेगा। सो बाबा जी के कोलो असी लैने इजाजत, और फिर होर जी संगत है जिहड़ी होर इत्थे दर्शन करन आई है असी उन्हां दे विचार भी असी जाणांगे, उन्हां कोलों भी आप नूं लैके चलने हैं और उन्हां दे नाल गलबात करते हैं की सच्चाई है, की इतिहास है, की इतिहासक है भी है कि नहीं है, ये बारे भी असी खोज खबर सारी आपके सामने रिपोर्ट के पेश करांगे। बाबा जी को लेने इजाजत, वाहेगुरु जी का खालसा, वाहेगुरु जी का खालसा, वाहेगुरु जी की फतेह। तरन तारण श्री दरबार साहब तो संगत साढ़े नाल जुड़ी है इस दर्शनी ड्योड़ी के मामले ते बाबा जी के उपर कार सेवा वाले बाबा जी जिहड़े उन्हां दीआं सेवावां दे उपर उठी जिहड़ी उंगली है उन्हों लैके इन्हां संगतां दे की विचार ने आपां इन्हां कोलों जानने की कोशिश करते हैं। वाहे खालसा वाहे फतेह जी। आप जी का नाम जी? अवतार सिंह दियोल जी। सरदार अवतार सिंह जी, ये दर्शनी ड्योड़ी के इतिहास तो अगर तुहानू कुछ जानकारी है पता है तो साडियां दर्शकां संगत नाल साझा करो। हाँ जी, मैं आप दे माध्यम राही समुची सिख कौम नूं समुची मानवता नूं एक दुबधा दे विचों कढ़ना चाहुंदा आ। वो दुबधा जिहड़ी उभर के हुण सामने आई आ श्री हरिमंदर साहब की दर्शनी ड्योड़ी बारे, वो ये आ कि बहुत सारे वीरां वल्लों सोशल मीडिया के उत्ते प्रचार किया जा रहा आ कि यह दर्शनी ड्योड़ी इतिहासक सी और इतिहास के नाल संबंधित होने करके इनू ढाया नहीं सी जाना चाहिए। पर भरावो ये दर्शनी ड्योड़ी इतिहासक नहीं सी, इस बारे मैं बड़ी चंगी तरह जानता हाँ। कुछ वीरां ने कहा कि इस दर्शनी ड्योड़ी का सिख मिसलां दे नाल संबंध सी जो कि 100% गलत है। कुछ वीर कहिंदे ने कि दर्शनी ड्योड़ी महाराजा रणजीत सिंह दे राजकाल वेले कमर नौ निहाल सिंह ने बनाई, ये भी 100% गलत है। इस दर्शनी ड्योड़ी का ना सिख मिसलां नाल कोई संबंध है ना महाराजा रणजीत सिंह दे राजकाल दे नाल। ये नियर अबाउट 1975-76 दे विच जाके किते बनी आ, और उदों इत्थे गुरद्वारा साहब की लोकल कमेटी होया करदी सी। इत्थे इस दर्शनी ड्योड़ी की सेवा दे विच उदों एक रिटायर्ड नायब तहसीलदार भी शामिल सी, कोई बाबा भोला नाथ आ जिहड़ा इत्थे, इन्हां तों बिना होर भी कई लोगों ने उदों इस दर्शनी ड्योड़ी की असारी करवाई सी। सो भरावो इस दुबधा चों निकलीए कि यह इतिहासक नहीं है, पुरातन जरूर हो गई है, और पुरातन होण करके इहदा जिहड़ा उतला हिस्सा आ उह सारा खराब हो चुका सी। अज तो 12-13 साल पहलां दी गल आ कि मेरे घरवाली और श्रोमणी गुरद्वारा प्रबंधक कमेटी के मुलाजम ने लखविंदर सिंह उन्हां दे घरवाली इस दर्शनी ड्योड़ी के थल्यों की लंघ रही सी ते उत्तों चिप्परां डिग के उन्हां दे मोढ़ियां दे उत्ते वज्जियां सी। सो इस करके इहदी हालत खस्ता होण करके एस जी पी सी ने बाबा जी हुरां नूं इहदी नव असारी करन वास्ते कहा सी, जो कि बाबा जी हुरी कर रहे सन। पर अफसोस कि अज इलैक्शन का दौर होण करके कुछ सियासी लोगों की यह दर्शनी ड्योड़ी आ जिहड़ी वह भेटा राजनीति की चढ़ रही आ। सानू सारियां नूं राजनीति तो उपर उठ के गुरु घर नूं सब तो पहलां समर्पित होना चाहिए आ कि इस दर्शनी ड्योड़ी दी उत्तों किसी नूं सियासी लाहा नहीं लैना चाहिए, और जेकर कोई उत्तों छोटी इट डिग के किसी दे सिर दे विच वजदी फिर साडे भरावां ने कहना है जी ये नवें सिरों बनाई नहीं गई,
ਇਹ ਨਵੇਂ ਸਿਰਿਓਂ ਸ਼੍ਰੋਮਣੀ ਕਮੇਟੀ ਅੰਨੀ ਆ, ਫਿਰ ਐਸ ਜੀ ਪੀ ਸੀ 'ਤੇ ਵੀ ਇਹ ਦੋਸ਼ ਲੱਗਣਾ ਸੀ। ਪਰ ਜੇ ਐਸ ਜੀ ਪੀ ਸੀ ਨੇ ਇਹਦੀ ਨਵੀਂ ਉਸਾਰੀ ਕਰਨ ਨੂੰ ਮਹਾਂਪੁਰਸ਼ਾਂ ਨੂੰ ਕਿਹਾ ਆ, ਜਿਹਦੇ ਸਬੂਤ ਬਾਬਾ ਜੀ ਹੋਰਾਂ ਦੇ ਕੋਲ ਸਾਰੇ ਮੌਜੂਦ ਨੇ, ਅਤੇ ਫਿਰ ਅੱਜ ਐਸ ਜੀ ਪੀ ਸੀ ਨੂੰ ਪਛਾਂ ਪੈਰ ਨਹੀਂ ਖਿੱਚਣਾ ਚਾਹੀਦਾ, ਮਹਾਂਪੁਰਸ਼ਾਂ ਦੇ ਨਾਲ ਸਟੈਂਡ ਲੈਣਾ ਚਾਹੀਦਾ। ਮੈਨੂੰ ਨਹੀਂ ਪਤਾ ਕਿ ਸ਼੍ਰੋਮਣੀ ਕਮੇਟੀ ਅੱਜ ਕਿਉਂ ਕਿਹੜੇ ਪ੍ਰਭਾਵ ਕਰਕੇ ਮੂਕ ਦਰਸ਼ਕ ਬਣੀ ਬੈਠੀ ਆ ਅਤੇ ਆਪਣੇ ਲਿਖੇ ਹੋਏ ਮਤਿਆਂ ਤੋਂ ਮੁੱਕਰ ਰਹੀ ਆ। ਬਿਲਕੁਲ ਜੀ, ਸਵਾਲ ਹੁਣ ਐਸ ਜੀ ਪੀ ਸੀ 'ਤੇ ਉੱਠਣੇ ਸ਼ੁਰੂ ਹੋ ਗਏ ਨੇ, ਕਿਉਂਕਿ ਇੱਕ ਵਾਰ ਲਿਖਤੀ ਤੌਰ 'ਤੇ ਜੋ ਦੇ ਦਿੱਤਾ ਗਿਆ ਅਤੇ ਜੇਕਰ ਉਹਨੂੰ ਝੁਠਲਾਉਣਾ ਹੋਵੇ ਤਾਂ ਉਹਦੇ ਵਾਸਤੇ ਵੀ ਲਿਖਤੀ ਤੌਰ 'ਤੇ ਉਸੇ ਹੀ ਆਫਿਸ ਦੇ ਵਿੱਚੋਂ ਨੰਬਰ ਲੱਗ ਕੇ ਲੈਟਰ ਦਾ ਮਤੇ ਦਾ ਨੰਬਰ ਪੈ ਕੇ ਇਸ ਆਫਿਸ 'ਚ ਜ਼ਰੂਰ ਪਹੁੰਚਦਾ, ਯਾਨੀ ਕਿ ਬਾਬਾ ਜੀ ਦੇ ਅਸਥਾਨਾਂ ਦੇ ਉੱਤੇ ਸੇਵਾਦਾਰਾਂ ਦੇ ਅਸਥਾਨਾਂ ਦੇ ਉੱਪਰ ਜ਼ਰੂਰ ਆਉਂਦਾ, ਔਰ ਉਹ ਲੈਟਰ ਇਹਨਾਂ ਦੇ ਕੋਲ ਹੁੰਦੀ, ਚਿੱਠੀ ਇਹਨਾਂ ਦੇ ਕੋਲ ਹੁੰਦੀ, ਤਾਂ ਫਿਰ ਅਸੀਂ ਇਹਨਾਂ ਦੇ ਉੱਤੇ ਸਵਾਲ ਜ਼ਰੂਰ ਚੁੱਕਦੇ ਕਿ ਜਦ ਤੁਹਾਨੂੰ ਸਟੇਜ ਦੇ ਦਿੱਤਾ ਗਿਆ ਸੀ ਤਾਂ ਫਿਰ ਤੁਸੀਂ ਜਿਹੜੀ ਇਹ ਦਰਸ਼ਨੀ ਡਿਉੜੀ ਹੈ ਇਸ ਦੀ ਤੋੜਪੰਨ ਕਿਉਂ ਕੀਤੀ? ਵੀਰ ਜੀ, ਆਪ ਜੀ ਦਾ ਨਾਮ? ਸ਼ੇਰ ਸਿੰਘ। ਸਰਦਾਰ ਸ਼ੇਰ ਸਿੰਘ ਜੀ, ਬਾਬਾ ਜੀ ਦੇ ਉੱਤੇ ਇੱਕ ਇਲਜ਼ਾਮ ਆ ਰਿਹਾ ਬੜਾ ਵੱਡਾ ਕਿ ਇਹਨਾਂ ਨੇ ਜੋ ਕੁਝ ਵੀ ਇਹ ਕਰ ਰਹੇ ਨੇ ਸੇਵਾਦਾਰ ਜਾਂ ਇਹ ਕਾਰ ਸੇਵਾ ਵਾਲੇ, ਇਹ ਸਾਰਾ ਹੀ ਮਾਮਲਾ ਨੋਟਾਂ ਦਾ ਹੈ, ਕਿਉਂਕਿ ਗੱਡੀਆਂ ਚਾਹੀਦੀਆਂ ਨੇ, ਵੱਡਾ ਵੱਡਾ ਪੈਸੇ ਚਾਹੀਦੇ ਨੇ ਕਾਰ ਸੇਵਾ ਦੇ ਨਾਂ 'ਤੇ, ਨੋਟ ਇਕੱਠਾ ਕਰਦੇ ਨੇ, ਟੋਕਰੀਆਂ ਲਗਾਉਣੀਆਂ ਹੁੰਦੀਆਂ ਨੇ, ਗੋਲਕਾਂ ਲਗਾਉਣੀਆਂ ਹੁੰਦੀਆਂ ਨੇ, ਇਸ ਕਰਕੇ ਉੱਥੇ ਜੇ ਡਿਊੜੀ ਬਣਦੀ ਤਾਂ ਬਾਹਰ ਗੋਲਕ ਲੱਗ ਜਾਣੀ ਸੀ, ਟੋਕਰੀ ਲੱਗ ਜਾਣੀ ਸੀ, ਮਾਇਆ ਨਾਲ ਭਰਦੀ ਰਹਿਣੀ ਸੀ, ਇਸ ਕਰਕੇ ਇਹਨਾਂ ਲੋਕੇਸ਼ਨ ਵਾਸਤੇ ਜਿਹੜੀ ਹੈ ਨਾ ਜਾਣ ਬੁੱਝ ਕੇ ਡਿਊੜੀ ਤੋੜੀ ਹੈ। ਸੋ ਇਹ ਜੋ ਇਲਜ਼ਾਮ ਲੱਗ ਰਹੇ ਨੇ ਇਹ 'ਚ ਕੀ ਸੱਚਾਈ ਹੈ? ਇਹ ਬਿਲਕੁਲ ਸਰਾਸਰ ਝੂਠ ਨੇ, ਬੇਬੁਨਿਆਦ ਨੇ, ਕਿਉਂਕਿ ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲਿਆਂ ਦੀ ਇੱਕ ਸੇਵਾ ਕਾਰ ਸੇਵਾ ਨਹੀਂ ਚੱਲ ਰਹੀ, ਕੋਈ ਬੜੀਆਂ ਹੀ ਸੇਵਾ ਜਿਹੜੀਆਂ ਸੰਪਰਕ ਕੀਤੀਆਂ ਨੇ ਉਹਨਾਂ ਨੇ ਸਿੱਖ ਕੌਮ ਨੂੰ। ਅਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਨੇ, ਉੱਥੇ ਜਿੰਨੇ ਵੀ ਫਿਲਟਰ ਲੱਗੇ ਨੇ ਸਰੋਵਰ ਦੇ ਵਿੱਚ ਉਹ ਵੀ ਬਾਬਾ ਜੀ ਹੋਣਾ ਦੇ ਨੇ, ਜਿੰਨੇ ਵੀ ਅਕਾਲ ਤਖਤ ਸਾਹਿਬ ਸੇਵਾ ਸੀ, ਮਾਤਾ ਗੰਗਾ ਨਿਵਾਸ, ਗੁਰੂ ਅਰਜਨ ਦੇਵ ਨਿਵਾਸ, ਉਹ ਸਾਰੇ ਹੀ ਇਹਨਾਂ ਨੇ ਬਣਾਏ ਸਨ ਬਾਬਾ ਜੀ ਹੋਣਾ ਨੇ ਹੀ, ਅਤੇ ਹੋਰ ਵੀ ਜਿੰਨੀਆਂ ਵੀ ਸੇਵਾ ਨੇ ਉੱਥੇ, ਸੋਨੇ ਦੀਆਂ ਸੇਵਾ ਨੇ, ਹੁਣ ਸੁਲਤਾਨਪੁਰ ਲੋਧੀ ਪਾਕਿਸਤਾਨ ਸੇਵਾ ਚੱਲ ਰਹੀ ਹੈ, ਉਹ ਸਾਰੀ ਹੀ ਸੰਤਾਂ ਦੀ ਸੇਵਾ ਹੈ। ਅਜੇ ਤੱਕ ਸੰਤ ਜਿਹੜੇ ਬਾਬਾ ਜਗਤਾਰ ਸਿੰਘ ਆ, ਤੁਸੀਂ ਵੇਖੋ ਕਈ ਸੰਤ ਇੱਦਾਂ ਦੇ ਨੇ ਚਾਰ ਚਾਰ ਪੰਜ ਪੰਜ ਗੱਡੀਆਂ ਹੂਟਰ ਵਾਲੀਆਂ ਲਈ ਫਿਰਦੇ ਨੇ, ਛੇ ਛੇ ਬੰਦੇ ਰੱਖੇ ਨਾਲ, ਰਫਲਾਂ ਰੱਖੀਆਂ ਨੇ, ਕਈ ਕਈ ਗੜਵਈ ਰੱਖੇ ਨੇ। ਬਾਬਾ ਜੀ ਹੋਣਾ ਦੇ ਨਾਲ ਸਿਰਫ ਇੱਕ ਡਰਾਈਵਰ ਤੋਂ ਇਲਾਵਾ ਉਹਨਾਂ ਦੇ ਹੋਰ ਕੋਈ ਨਹੀਂ ਹੁੰਦਾ, ਹਮੇਸ਼ਾ ਹੀ ਸਿੰਪਲ ਸਾਦੇ ਰਹਿੰਦੇ ਨੇ, ਇੱਥੋਂ ਤੱਕ ਕਿ ਉਹ ਗੁਰੂ ਘਰ ਦੇ ਲੰਗਰ 'ਚੋਂ ਹੀ ਪ੍ਰਸ਼ਾਦਾ ਛਕਦੇ ਨੇ, ਆਪ ਹੀ ਆਪਣੇ ਬਰਤਨ ਜਿਹੜੇ ਉਹ ਮਾਂਜਦੇ ਨੇ। ਇੰਨੇ ਸਿੰਪਲ ਸੁਭਾਅ ਦੇ ਸੰਤ ਮਹਾਂਪੁਰਸ਼ ਨੇ ਉਹ ਬਾਬਾ ਜਗਤਾਰ ਸਿੰਘ ਹੋਣਾ ਜੀ। ਅੱਜ ਅਸੀਂ ਤਾਂ ਆਪ ਹੈਰਾਨ ਹੈ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ, ਕੌਣ ਲੋਕ ਨੇ? ਇਹ ਮਾਇਆ ਦਾ ਜਿਹੜਾ ਜ਼ਿਕਰ ਹੋ ਰਿਹਾ ਜੀ ਵਾਰ ਵਾਰ, ਵੇਖੋ ਜੀ, ਮਾਇਆ 'ਤੇ ਅਸੀਂ ਤਦ ਗੱਲ ਕਰੀਏ ਨਾ ਜੇ ਮਾਇਆ ਕਿਸੇ ਨੇ ਆਪਣੇ ਘਰ ਵਾਸਤੇ ਗੱਲ ਕਰਨੀ ਹੋਵੇ ਤਾਂ ਇੱਥੇ ਤੁਸੀਂ ਕਈ ਉਦਾਹਰਨਾਂ ਅਸੀਂ ਦਿੰਦੇ ਨੇ ਜੇ ਸੰਤ ਮਹਾਂਪੁਰਸ਼ ਨੇ ਉਹ ਆਪਣੇ ਕੋਲੋਂ ਆ ਗੁਰੂ ਨਾਨਕ ਦੇਵ ਸਪੈਸ਼ਲਿਸਟ ਹੋਸਪਿਟਲ ਬਣਾਇਆ, ਸਾਰਾ ਬਾਬਿਆਂ ਨੇ ਆਪਣੇ ਕੋਲੋਂ ਬਣਾਇਆ ਹੈ। ਮਾਇਆ ਕਦੀ ਸੰਤਾਂ ਨੂੰ ਮਾਇਆ ਨਾਲ ਪਿਆਰ ਨਹੀਂ ਹੁੰਦਾ ਜੀ। ਇਹ ਫਿਰ ਜਿਹੜੀ ਬਾਬਾ ਜੀ ਵੱਲੋਂ ਮੁਆਫ਼ੀ ਮੰਗੀ ਗਈ ਹੈ, ਇਸ ਮੁਆਫ਼ੀ ਦੀ ਵਜ੍ਹਾ ਕੀ ਗਿਣੀ ਆਪਾਂ? ਬਾਬਾ ਜੀ ਨੇ ਕੋਈ ਗਲਤੀ ਕੀਤੀ ਸੀ ਤਾਂ ਮੁਆਫ਼ੀ ਮੰਗੀ ਹੈ? ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ ਇਹਨੇ ਖਾਲਸਾ ਜੀ, ਉਹ ਇੱਕ ਮਤਲਬ ਹਮਦਰਦੀ ਤੌਰ 'ਤੇ ਉਹ ਕਿਸੇ ਕੌਂਟਰੀਵਰਸੀ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਉਹ ਹਮੇਸ਼ਾ ਹੀ ਇੱਕ ਨਿਮਾਣੇ ਹੋ ਕੇ, ਫਿਰ ਵੀ ਵੇਖੋ ਕੋਈ ਗਲਤੀ ਨਹੀਂ ਸੀ ਉਹਨਾਂ ਦੀ, ਕੋਈ ਵੀ ਗੱਲ ਨਹੀਂ ਸੀ, ਕਿਉਂਕਿ ਐਸ ਜੀ ਪੀ ਸੀ ਦੇ ਹੀ ਥਰੂ ਸਾਰਾ ਕੁਝ ਹੋਇਆ ਹੈ, ਐਸ ਜੀ ਪੀ ਸੀ ਨੇ ਹੀ ਮਤਾ ਪਾ ਕੇ ਦਿੱਤਾ ਹੈ। ਫਿਰ ਵੀ ਬਾਬਾ ਜੀ ਸਿੱਖ ਕੌਮ ਦੇ ਨਾਲ ਹਰ ਇੱਕ ਦੇ ਨਾਲ ਪਿਆਰ ਕਰਦੇ ਨੇ, ਉਹਨਾਂ ਫਿਰ ਵੀ ਨਿਮਾਣੇ ਹੋ ਕੇ ਆਖਿਆ ਕਿ ਨਹੀਂ ਸਾਨੂੰ ਮਾਫ਼ੀ ਦਿਓ। ਇਹਦੇ ਵਿੱਚ ਇਹ ਨਹੀਂ ਕਿ ਬਾਬਾ ਜੀ ਹੋਣਾ 'ਤੇ ਕੋਈ ਪ੍ਰੈਸ਼ਰ ਸੀ ਜਾਂ ਬਾਬਾ ਜੀ ਹੋਣਾ 'ਤੇ ਕਿਸੇ ਨੇ ਦਬਾਅ ਪਾਇਆ, ਨਹੀਂ, ਉਹ ਆਪਣੇ ਆਪ ਨੂੰ ਸੰਤ ਸਮਝਦੇ ਨੇ, ਉਹ ਨਾਮ ਜਪਣਗੇ, ਕਿਰਤ ਕਰਨਗੇ, ਅੱਗੇ ਵੀ ਉਹ ਕਰਨੇ ਡਏ ਨੇ। ਸੇਵਾਵਾਂ ਚੱਲ ਰਹੀਆਂ ਨੇ ਔਰ ਇਹਨਾਂ ਸੇਵਾਵਾਂ ਨੂੰ ਨਿਮਰਤਾ ਦੇ ਨਾਲ ਬਾਬਾ ਜੀ ਲਗਾਤਾਰ ਚਲਾ ਰਹੇ ਨੇ, ਪਰ ਇੱਥੇ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਜਿਹੜੀ ਨਿਮਰਤਾ ਉਹਦਾ ਸਬੂਤ ਜਿਹੜਾ ਸੰਗਤ ਕਹਿ ਰਹੀ ਹੈ ਕਿ ਬਾਬਾ ਜੀ ਨੇ ਦਿੱਤਾ। ਅਗਰ ਜੇ ਮੁਆਫ਼ੀ ਦੀ ਗੱਲ ਕਰੀਏ ਕਿ ਮੁਆਫ਼ੀ ਮੰਗੀ ਗਈ ਹੈ ਤਾਂ ਮੁਆਫ਼ੀ ਦਾ ਫਿਰ ਜ਼ਿਕਰ ਆ ਗਿਆ ਕਿ ਮੁਆਫ਼ੀ ਸੰਤ ਮਹਾਂਪੁਰਖਾਂ ਨੇ ਆਪਣੀ ਵਡੱਪਣ ਦਿਖਾਇਆ, ਉਹਨਾਂ ਕੋਲ ਸਬੂਤ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸੰਗਤਾਂ ਦੇ ਕੋਲੋਂ ਮੁਆਫ਼ੀ ਲਈ ਅਰਜ਼ੀ ਜ਼ਰੂਰ ਕੀਤੀ ਹੈ। ਜੀ ਖਾਲਸਾ ਜੀ, ਆਪ ਜੀ ਦਾ ਨਾਮ? ਰਾਮ ਸਿੰਘ, ਪਿੰਡ ਕੁਆੜਕਾ। ਸਰਦਾਰ ਰਾਮ ਸਿੰਘ ਜੀ, ਮਸਲਾ ਹੁਣ ਇਹ ਹੈ ਕਿ ਜੇ ਸੇਵਾ ਜਿਹੜੀ ਸੀ ਦੇ ਦਿੱਤੀ ਗਈ, ਕਿਸੇ ਤਰ੍ਹਾਂ ਦਾ ਸਟੇਅ ਆਰਡਰ ਦੀ ਕਾਪੀ ਇਹਨਾਂ ਦੇ ਕੋਲ ਨਹੀਂ ਹੈ, ਨਾ ਹੀ ਐਸ ਜੀ ਪੀ ਸੀ ਨੇ ਕੋਈ ਸਟੇਅ ਆਰਡਰ ਦੀ ਕਾਪੀ ਦਿਖਾਈ ਹੈ, ਸਟੇਅ ਆਰਡਰ ਦੀ ਕਾਪੀ ਬਾਬਾ ਜੀ ਦੇ ਕੋਲ ਨਹੀਂ ਪਹੁੰਚੀ, ਤਾਂ ਫਿਰ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਇਹਨਾਂ ਸਾਰੀਆਂ ਸੇਵਾਵਾਂ 'ਤੇ ਤਾਲੇ ਕਿਉਂ ਲਗਾ ਦਿੱਤੇ? ਵੇਖੋ ਜੀ, ਅਸੀਂ ਇਹ ਗੱਲ ਤੁਹਾਨੂੰ ਦੱਸਦੇ ਹਾਂ, ਲੌਂਗੋਵਾਲ ਜਿਹੜਾ ਉਹ ਬਹੁਤ ਪ੍ਰਧਾਨ ਸਿਆਣਾ ਵਾ, ਜਿਸ ਤਰ੍ਹਾਂ ਬਾਬਾ ਜੀ ਨੇ ਬਗੈਰ ਹੀ ਕੋ ਗਨਾਹ ਕਰਨ ਤੋਂ ਮਾਫ਼ੀ ਮੰਗ ਲਈ। ਅੱਜ ਹੁਣ ਵਡਾਲੇ ਨੂੰ ਪੁੱਛੀਏ ਗੋਬਿੰਦ ਸਿੰਘ ਦੇ ਪ੍ਰਧਾਨ ਦੀ ਅਤੇ ਬਾਬਾ ਜੀ ਦੀ ਫੋਟੋ ਲਾ ਕੇ ਉਹ ਵਟਸਐਪ 'ਤੇ ਕੀ ਬੋਲਿਆ,
ਉਹ ਬੋਲਿਆ ਬਾਬਾ ਜੀ ਦਾ ਮੂੰਹ ਕਾਲਾ ਕਰੋ ਅਤੇ ਲੰਗੋਵਾਲ ਦਾ ਮੂੰਹ ਕਾਲਾ ਕਰੋ। ਇਹ ਪਹਿਲਾਂ ਉਹਨੂੰ ਪੁੱਛੋ ਵੀ ਇਹ ਗੱਲ ਕਰਨ ਵਾਲੀ ਆ। ਸਿੱਖ ਕੌਮ ਜਿਹੜੀ ਉਹ ਬਾਬਾ ਜੀ ਦੇ ਨਾਲ ਖਲੋਤੀ ਆ, ਅਸੀਂ ਸੇਵਾਦਾਰ ਬੰਦੇ ਹਾਂ, ਸੇਵਾ ਵਾਲੇ ਦੇ ਨਾਲ ਹਾਂ। ਹੋਰ ਦੂਜੀ ਗੱਲ ਵੀ ਅਸੀਂ ਦੇਵਤਾ 'ਚ ਨਹੀਂ ਪੈਂਦੇ, ਸ਼੍ਰੋਮਣੀ ਕਮੇਟੀ ਜਿਹੜੀ ਆ ਇਹਦੇ ਨਾਲ ਅਸੀਂ ਚੱਲਦੇ ਹਾਂ, ਇਹ ਸਾਡੇ ਨਾਲ ਚੱਲਦੀ ਹੈ, ਅਸੀਂ ਇਹਨਾਂ ਨਾਲ ਚੱਲਦੇ ਹਾਂ, ਨਾ ਹੀ ਕੋਈ ਇਹਨਾਂ ਨੂੰ ਪੈਸਾ ਦਿੰਦੇ ਹਾਂ ਨਾ ਕੋਈ ਲੈਂਦੇ। ਜੇ ਇੱਥੇ ਹੁਣ ਲੋਕਾਂ ਦੇ ਪੈਸੇ ਦਿੰਦੇ ਲੈਂਦੇ ਆ ਤਾਂ ਪਾਕਿਸਤਾਨ ਸਾਨੂੰ ਕੌਣ ਦਿੰਦਾ? ਸਾਡੀਆਂ ਪਾਕਿਸਤਾਨ 'ਚ ਸੇਵਾ ਚੱਲਦੀਆਂ। ਇੱਕ ਗੱਲ ਖਾਲਸਾ ਜੀ ਜ਼ਰੂਰ ਦੱਸੋ ਕਿ ਦੱਸਦੇ ਨੇ ਕਿ ਜਿਹੜਾ ਮੈਨੇਜਰ ਹੈ ਨਾ ਗੁਰਦੁਆਰੇ ਦਾ, ਅਤੇ ਇਹਦੇ ਨਾਲ ਬੜੀ ਸੰਠ ਗੰਠ ਚੱਲੀ ਹੈ ਵੀ ਤੈਨੂੰ ਜਿਹੜੇ ਪਹਿਲਾਂ ਹੀ ਐਡਵਾਂਸ 'ਚ ਕੋਈ ਪੈਸੇ ਉਹਨੂੰ ਚਲੇ ਗਏ ਵੀ ਸਾਡੀਆਂ ਸੇਵਾਵਾਂ ਜਿਹੜੀਆਂ ਸਾਨੂੰ ਦੇ ਦਿਓ। ਇਹ ਸਾਰਾ ਜਿਹੜਾ ਨਾ ਕਹਿੰਦੇ ਮਾਇਆ ਦਾ ਹੀ ਚੱਕਰ ਸੀਗਾ, ਕੋਈ ਰਾਸ਼ੀ ਜਿਹੜੀ ਆ ਉਹਦੀ ਕੀਤਾ ਗਿਆ ਹਿਸਾਬ ਤਾਂ ਵੀ ਜਿੰਨਾ ਅਸੀਂ ਚੜਾਵਾ ਆਏਗਾ ਉਹਦਾ ਕੁਛ ਹੱਦ ਉੱਦ ਹੋਏਗਾ। ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਬਹੁਤ ਜ਼ੋਰਦਾਰ ਪ੍ਰਚਾਰ ਹੈ। ਉਹ ਤਾਂ ਗੱਲ ਸੁਣੋ, ਉਹ ਤਾਂ ਲੋਕਾਂ ਨੇ ਕਰਨਾ, ਪਰ ਇਹ ਗੱਲ ਕੋਈ ਵੀ ਨਹੀਂ ਹੋਈ, ਨਾ ਕੋਈ ਪੈਸਾ ਕਿਸੇ ਨੇ ਮੰਗਿਆ, ਨਾ ਕਿਸੇ ਨੂੰ ਪੈਸਾ ਕੋਈ ਦਿੱਤਾ। ਸੇਵਾ ਜ਼ਰੂਰ ਚੱਲੀ ਆ ਇਹਨਾਂ ਨੇ। ਜਦੋਂ ਇਹ ਸੇਵਾ ਸਾਨੂੰ ਲਿਖੇ ਸੀ ਤਾਂ ਬਾਬਾ ਜੀ ਨੇ ਕਰਮੂਸਾਲ ਸਾਹਿਬ ਨੇ ਆਖਿਆ, ਪ੍ਰਧਾਨ ਸਾਹਿਬ ਨੇ ਆਖਿਆ, ਭਾਟੀਆ ਸਾਹਿਬ ਨੇ ਆਖਿਆ ਵੀ ਚੋਹਲਾ ਸਾਹਿਬ ਦੀ ਸੇਵਾ ਬੜੀ ਹੋਣ ਵਾਲੀ ਆ, ਤਾਂ ਬਾਬਾ ਜੀ ਨੇ ਆਖਿਆ ਉਹ ਵੀ ਕਰ ਦਿਆਂਗੇ। ਨਾ ਸਾਨੂੰ ਕੋਈ ਪੈਸਾ, ਅੱਗੇ ਵੀ ਸਾਡੀ ਟੋਕਰੀ ਉੱਥੇ ਸੀ, ਅੱਗੇ ਵੀ ਸੇਵਾ ਅੱਜ ਦੀ ਤੁਹਾਡੀ ਚੱਲਦੀ ਆ, ਸੇਵਾ ਪੁਰਾਣੀ ਚੱਲਦੀ ਆ, ਟੋਕਰੀ ਸਾਡੀ ਅੱਗੇ ਵੀ ਉੱਥੇ, ਹੁਣ ਵੀ ਉੱਥੇ ਆ, 70-72 ਤੋਂ ਲਾ ਕੇ ਸਾਡੀ ਟੋਕਰੀ ਉੱਥੇ ਪਈ ਆ ਜੀ। ਬਿਲਕੁਲ, ਗੱਲ ਮਾਇਆ ਦੀ ਕਿਰੀ ਜਾਈਏ ਤਾਂ ਫਿਰ ਟੋਕਰੀ ਵਾਕਈ ਕੋਈ ਨਵੀਂ ਨਹੀਂ ਲੱਗਣੀ ਸੀ, ਟੋਕਰੀ ਤਾਂ ਪਹਿਲਾਂ ਹੀ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾਦਾਰਾਂ ਵੱਲੋਂ ਚੱਲ ਰਹੀ ਹੈ ਜੀ। ਇੱਕ ਮਿੰਟ ਬੇਨਤੀ ਹੋਰ ਦੱਸਦੇ ਹਾਂ, ਜਿਹੜਾ ਇਤਿਹਾਸ ਕਹਿੰਦੇ ਆ, ਇਤਿਹਾਸ ਕੀ ਸੀ? ਦਰਬਾਰ ਸਾਹਿਬ, ਦਰਬਾਰ ਸਾਹਿਬ 'ਤੇ 6 ਸਾਲ ਅਸੀਂ ਗੋਵਾਂ ਕਰਕੇ 2.5 ਕੁਇੰਟਲ ਸੋਨਾ ਲਾਇਆ ਬਾਬਾ ਜੀ ਨੇ, ਅੰਦਰ ਮੀਨਾਕਾਰੀ ਕਰਕੇ ਜਿੱਥੋਂ ਮਾੜੀ ਸੀ ਉਹ ਲਾ ਕੇ, ਉਹੀ ਪੁਰਾਤਨ ਉਹ ਪੁਰਾਤਨ ਸੰਭਾਲ ਰੱਖੀ ਆ। ਇਹ ਤਾਂ ਪੁਰਾਤਨ ਹੀ ਨਹੀਂ, ਇਹ ਤਾਂ ਲੋਕਲ ਕਮੇਟੀਆਂ ਨੇ ਬਣਾਈਆਂ, ਦਵਾ ਨਾਲ ਬਣਾਇਆ ਅਤੇ ਇਹ ਬਣਾਈਆਂ, ਇਹ ਤਾਂ ਬਾਬਾ ਜੀ ਨੇ ਆਖਿਆ ਬਿਠਾਓ। ਬਿਲਕੁਲ ਪੁਰਾਤਨ ਨਹੀਂ ਹੈ, ਲੇਕਿਨ ਕੋਈ ਨਾ ਕੋਈ ਵਿਵਾਦ ਦਾ ਜਦੋਂ ਅਸੀਂ ਮਾੜੀ ਮੋਟਾ ਵਿਵਾਦ ਕਰਨਾ ਹੋਵੇ, ਕੋਈ ਨਾ ਕੋਈ ਬਹਾਨਾ ਕਿਸੇ ਵੇਲੇ ਚਾਹੀਦਾ, ਜਾਂ ਕੋਈ ਨਾ ਕੋਈ ਛੇੜਖਾਨੀ ਕਰਨੀ ਹੋਵੇ ਤਾਂ ਮਾੜੀ ਜਿਹੀ ਵੀ ਛੇੜ ਛੇੜਦੀ ਹੈ ਤਾਂ ਕੰਮ ਤੁਰ ਪੈਂਦਾ। ਭਾਵੇਂ ਉੱਥੇ ਨਵੀਨੀਕਰਨ ਹੋਣਾ ਸੀ, ਬਹੁਤ ਹੀ ਵਧੀਆ ਜਿਹੜਾ ਨਕਸ਼ਾ ਜਿਵੇਂ ਤੁਸੀਂ ਦੇਖਿਆ ਤੀ, ਇੱਕ ਬਹੁਤ ਹੀ ਸੁੰਦਰ ਉੱਥੇ ਦਰਸ਼ਨੀ ਡਿਉੜੀ ਦਾ ਨਿਰਮਾਣ ਹੋਣਾ ਸੀ। ਉਹਦੀ ਹਾਲਤ ਜਿਹੜੀ ਹੈ ਸਬੂਤਾਂ ਦੇ ਆਧਾਰ 'ਤੇ ਦੇਖੀ ਜਾਵੇ ਤਾਂ ਵਾਕਿਆ ਹੀ ਬੜੀ ਖਸਤਾ ਸੀ, ਕਿਸੇ ਵੇਲੇ ਕੋਈ ਵੱਡੀ ਦੁਰਘਟਨਾ ਹੋ ਸਕਦੀ ਸੀ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚੇ ਸਮਝੇ ਬਗੈਰ ਕੁਛ ਫੇਸਬੁੱਕ ਦੇ ਉੱਤੇ ਬੈਠੇ ਕੌਮ ਦੇ ਯੋਧਿਆਂ ਨੇ ਇਸ ਵਾਰ ਨੂੰ ਇੰਨਾ ਕੁ ਵੱਡਾ ਕਰ ਦਿੱਤਾ ਕਿ ਜਿਸ ਤਰ੍ਹਾਂ ਬਹੁਤ ਵੱਡੀ ਜੰਗ ਹੋਵੇ, ਔਰ ਇਹ ਜੰਗ ਜਿਹੜੀ ਹੈ ਇਸ ਤਰੀਕੇ ਨਾਲ ਲੜੀ ਜਾ ਰਹੀ ਸੀ ਕਿ ਜਿਵੇਂ ਬਹੁਤ ਵੱਡੀ ਗਲਤੀ ਹੋ ਗਈ ਹੈ ਨਵੀਂ ਉਸਾਰੀ ਕਰਨ ਵਾਸਤੇ। ਤੱਥਾਂ ਦੇ ਆਧਾਰ 'ਤੇ ਗੱਲ ਕਰਨੀ ਚਾਹੀਦੀ ਸੀ ਜੀ, ਕੀ ਕਹਿਣਾ ਚਾਹੁੰਦੇ? ਬੇਨਤੀ ਆ ਵੀ ਅਸੀਂ ਵਾਦ ਵਾਚ ਨਹੀਂ ਪੈਣਾ ਚਾਹੁੰਦੇ, ਕਿਉਂ ਜਿਹੜੇ ਬਾਬਾ ਜੀ ਨੂੰ ਆਉਂਦੇ ਵੀ ਬਾਬਾ ਜੀ ਨੇ ਬਦੋ ਬਦੀ ਕੰਮ ਕਰਦੇ, ਬਾਬਾ ਜੀ ਬਦੋ ਬਦੀ ਕਰਦੇ ਨਹੀਂ, ਦੁਕਾਨਾਂ ਵਾਲੇ 20 ਦੁਕਾਨਾਂ ਸੀ ਉੱਥੇ, ਜਿਸ ਤਰ੍ਹਾਂ ਦੁਕਾਨਾਂ ਵਾਲਿਆਂ ਨਾਲ ਸਾਨੂੰ ਸਹਿਮਤੀ ਹੋਈ, ਅਸੀਂ ਉਸ ਤਰ੍ਹਾਂ ਹੀ 12 ਦੁਕਾਨਾਂ 'ਤੇ ਅਸੀਂ ਪੈਸੇ ਦਿੱਤੇ ਉਹਨਾਂ ਨੂੰ 20,00,000 ਰੁਪਈਆ, 8 ਦੁਕਾਨਾਂ ਉਹਨਾਂ ਨੂੰ ਬਣਾ ਕੇ ਦਿੱਤੀਆਂ, ਤਾਂ ਫਿਰ ਪ੍ਰੇਮ ਨਾਲ ਠਾਏ ਆ। ਬੈਂਕ ਜਿਹੜੀ ਆ 50,00,000 ਰੁਪਈਆ ਲਾ ਕੇ ਬੈਂਕ ਜਿਹੜੀ ਇੱਧਰ ਜਾਂਦੀ ਆ, ਉਹ ਵੀ ਅਸੀਂ ਪ੍ਰੇਮ ਨਾਲ ਠਾਏ ਆ, ਅਸੀਂ ਧੱਕਾ ਕਿਸੇ ਨਾਲ ਕਰਦੇ ਹੀ ਨਹੀਂ। ਸਾਨੂੰ ਜਿਹੜਾ ਧੱਕਾ ਲੋਕਾਂ ਦੇ ਧੱਕੇ ਕਰਕੇ ਸੇਵਾ ਕਰਦੇ ਆ, ਧੱਕਾ ਕਰਕੇ ਸੇਵਾ ਕੌਣ ਕਰ ਸਕਦਾ? ਬਿਲਕੁਲ ਜੀ, ਧੱਕੇ ਨਾਲ ਸੇਵਾ ਨਹੀਂ ਹੋ ਸਕਦੀ। ਅੱਛਾ ਬਾਬਾ ਜੀ, ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹਾਂਗਾ ਕਿ ਇਸ ਲਈ ਇੱਕ ਤਰਫ ਬਾਬਾ ਜੀ ਨੇ ਬਾਬਾ ਜਗਤਾਰ ਸਿੰਘ ਜੀ ਔਰ ਇੱਕ ਤਰਫ 'ਤੇ SGPC ਖਲੋ ਗਈ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ, ਇਹਨਾਂ ਤੋਂ ਤੁਸੀਂ ਬਿਲਕੁਲ ਜਾਣਨਾ ਚਾਹੁੰਦੇ ਆ ਸਾਡੀ ਸੰਗਤ ਕਿ ਤੁਹਾਨੂੰ ਇਹਨਾਂ ਦੇ ਵਿੱਚ ਜਿਹੜੀ ਸ਼ਰਾਰਤ ਹੈ ਉਹ ਕਿਹਦੀ ਲੱਗ ਰਹੀ ਹੈ? SGPC ਦੇ ਪ੍ਰਧਾਨ ਲੌਂਗੋਵਾਲ ਦੀ ਆ ਕਿ ਜਾਂ ਲੌਂਗੋਵਾਲ ਵੀ ਕਿਸੇ ਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਕਰ ਰਹੇ? ਗੁਰੂ ਪਿਆਰੀ ਸਾਧਸੰਗ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਗੁਰੂ ਪਿਆਰਿਓ, ਇਹ ਐਵੇਂ ਜਿਹੜੀਆਂ ਲੋਕਾਂ ਸੋਸ਼ਲ ਮੀਡੀਆ ਗੱਲਾਂ ਉਡਾਈਆਂ ਨਾ, ਸੰਤ ਜਿਹੜੇ ਇਹਨਾਂ ਨੇ ਕੋਈ ਘਰ ਦੇ ਕੋਈ ਜਾਇਦਾਦ ਬਣੀ ਆ, ਇਹ ਤਾਂ ਆਏ ਇਸੇ ਕਰਕੇ ਦੁਨੀਆ ਨੂੰ ਤਾਰਨ ਵਾਸਤੇ ਕਿ ਨਾਮ ਜਪੋ ਅਤੇ ਸੇਵਾ ਕਰੋ ਅਤੇ ਤੁਹਾਡਾ ਭਲਾ ਹੋਏ। ਅਤੇ ਇਹ ਲੋਕ ਐਵੇਂ ਸੋਸ਼ਲ ਮੀਡੀਆ 'ਤੇ ਜੋ ਮਰਜ਼ੀ ਕਰੀ ਜਾਂਦੇ ਆ। ਕੋਈ ਲੌਂਗੋਵਾਲ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਹੀ ਹੈ, ਜੋ ਕਰ ਰਿਹਾ ਸਹੀ ਕਰ ਰਿਹਾ ਜੀ, ਉਹਨੇ ਤੁਹਾਡਾ ਸਟੇ ਦਾ ਆਰਡਰ ਕੀਤਾ, ਜੇ ਤਾਲੇ ਲਾਏ ਨੇ ਕਾਰ ਸੇਵਾ ਅਤੇ ਕਾਰ ਸੇਵਾ ਰੁਕਵਾਤੀ, ਉਹਨੇ ਸਹੀ ਕੀਤਾ ਜੀ? ਸ਼ਾਇਦ ਇਸ ਗੱਲ ਦਾ ਜਵਾਬ ਜਿਹੜਾ ਨਹੀਂ, ਤੁਸੀਂ ਆਖਰੀ ਦੇ ਵਿੱਚ ਲੌਂਗੋਵਾਲ ਨੇ ਜੋ ਕੀਤਾ ਸਹੀ ਕੀਤਾ ਜੀ? ਗਲਤ ਕੀਤਾ ਜੀ, ਬਿਲਕੁਲ ਗਲਤ ਕੀਤਾ ਜੀ। ਕੀ ਕਰਨਾ ਚਾਹੀਦਾ ਜੀ ਇਸ ਮੌਕੇ 'ਤੇ ਲੌਂਗੋਵਾਲ ਤੋਂ ਕੀ ਕਰਨਾ ਚਾਹੀਦਾ? ਜੇ ਉਹਨਾਂ ਨੇ ਸੇਵਾ ਇਹਨਾਂ ਨੂੰ ਦਿੱਤੀ ਹੈ ਤਾਂ ਸੇਵਾ ਉਹ ਪੂਰੀ ਕੰਪਲੀਟ ਕਰਾਉਣੀ ਚਾਹੀਦੀ ਹੈ, ਜੋ ਜਿਸ ਤਰ੍ਹਾਂ ਬਣਨੀ ਚਾਹੀਦੀ ਆ, ਜੋ ਉਹਨਾਂ ਨੇ ਨਕਸ਼ਾ ਪਾਸ ਕੀਤਾ ਸ਼੍ਰੋਮਣੀ ਕਮੇਟੀ ਨੇ, ਉਸੇ ਤਰ੍ਹਾਂ ਹੀ ਬਣਨੀ ਚਾਹੀਦੀ ਹੈ। ਸੰਗਤਾਂ ਦੇ ਮਿਲੇ ਜੁਲੇ ਵਿਚਾਰ ਨੇ ਜੀ, ਬਹੁਤ ਸਾਰੀ ਸੰਗਤ ਜਿਹੜੀ ਹੈ ਬਾਬਾ ਜੀ ਦੇ ਪੱਖ ਦੇ ਵਿੱਚ ਹੈ, ਬਾਬਾ ਜੀ ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਉਹਨਾਂ ਦੇ ਨਾਲ ਬਹੁਤ ਸਾਰੀ ਸੰਗਤ ਨੇ ਜਿਹੜੀ ਹੈ ਸੇਵਾ ਕੀਤੀ ਹੋਈ ਹੈ, ਸੇਵਾ ਨਿਭਾਈ ਹੋਈ ਹੈ, ਕਾਰ ਸੇਵਾ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਹਿੱਸਾ ਪਾਇਆ ਹੋਇਆ, ਬੜੀ ਦੇਰ ਤੋਂ ਬਾਬਾ ਜੀ ਦੀਆਂ ਇਹਨਾਂ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ, ਪਰ ਉੱਥੇ ਨਾਲ ਹੀ ਕਿਤੇ ਨਾ ਕਿਤੇ ਗਿਲਾ ਸ਼ਿਕਵਾ ਜ਼ਰੂਰ ਹੈ ਕਿ SGPC ਜਿਹੜੀ ਹੈ ਉਹਨੂੰ
ਇਹ ਸਟੈਂਡ ਜਿਹੜਾ ਸੀਗਾ ਨਾ ਸੰਤਾਂ ਦੇ ਖਿਲਾਫ਼ ਜੋ ਬਾਬਾ ਜੀ ਦੇ ਖਿਲਾਫ਼ ਉਹ ਨਹੀਂ ਸੀ ਲੈਣਾ ਚਾਹੀਦਾ। ਸੇਵਾਵਾਂ ਜਿਹੜੀਆਂ ਸੀ ਨਿਰੰਤਰ ਜਾਰੀ ਰੱਖਣੀਆਂ ਜ਼ਰੂਰ ਚਾਹੀਦੀਆਂ। ਜੀ ਬਾਬਾ ਜੀ ਆਪ ਜੀ ਦਾ ਨਾਮ? ਵਾਹਿ ਖਾਲਸਾ ਵਾਹਿ ਫਤਿਹ। ਮਾਈ ਨੇਮ ਇਜ਼ ਦਲਬੀਰ ਸਿੰਘ। ਆਈ ਐਮ ਸੋਰੀ ਟੂ ਸੇ ਡੈਟ ਪਲੀਜ਼ ਫਾਰ ਨਿਊ ਜਨਰੇਸ਼ਨ ਪਲੀਜ਼ ਡੂ ਨਾਟ ਬਿਲੀਵ ਔਨ ਦਾ ਰਿਊਮਰਸ। ਗੋ ਟੂ ਦਾ ਹਿਸਟਰੀ ਐਂਡ ਰੀਡ ਦਾ ਹਿਸਟਰੀ ਐਂਡ ਦੈਨ ਪੁੱਟ ਔਨ ਦਾ ਫੇਸਬੁੱਕ। ਆਈ ਹੈਵ ਸੀਨ ਦਾ ਕਮੈਂਟਸ, ਇਟਸ ਵੈਰੀ ਬੈਡ ਕਮੈਂਟਸ ਯੂ ਹੈਵ ਪੁੱਟ ਐਂਡ ਇਟ ਇਜ਼ ਰਿਕੁਐਸਟਡ ਫਾਰ ਟੂ ਯੂ ਪਲੀਜ਼ ਗੋ ਟੂ ਦਾ ਹਿਸਟਰੀ, ਰੀਡ ਦਾ ਹਿਸਟਰੀ ਐਂਡ ਦੈਨ ਪੁੱਟ ਦਾ ਕਮੈਂਟਸ। ਦੇ ਆਰ ਨਾਟ ਡੂਇੰਗ ਫਾਰ ਦੇਅਰ ਪਰਸਨਲ, ਨਾਟ ਫਾਰ ਦੇਅਰ ਚਿਲਡਰਨ, ਦੇ ਆਰ ਡੂਇੰਗ ਫਾਰ ਦਾ ਲੋਕਲ ਪੀਪਲ, ਸੰਗਤ ਐਂਡ ਪਲੀਜ਼ ਇਟ ਇਜ਼ ਰਿਕੁਐਸਟ ਟੂ ਯੂ ਡੂ ਨਾਟ ਪੁੱਟ ਦਾ ਰੋਂਗ ਕਮੈਂਟਸ। ਥੈਂਕ ਯੂ। ਬਾਬਾ ਜੀ ਵੱਲੋਂ ਅਪੀਲ ਹੈ ਵੀ ਬਿਨਾਂ ਸੋਚੇ ਸਮਝੇ ਕੋਈ ਵੀ ਕਮੈਂਟ ਨਾ ਕਰੋ, ਇਤਿਹਾਸ ਨੂੰ ਇੱਕ ਵਾਰੀ ਪੜ੍ਹ ਲਓ, ਇਤਿਹਾਸ ਤੋਂ ਜਾਣੂ ਹੋ ਜਾਓ ਔਰ ਉਸ ਦੇ ਬਾਅਦ ਫੈਸਲਾ ਜੋ ਵੀ ਕਰੋ ਸਿਰ ਮੱਥੇ ਪ੍ਰਵਾਨ ਹੋਏਗਾ, ਸੰਗਤ ਵੀ ਪ੍ਰਵਾਨ ਕਰੇਗੀ, ਮਹਾਂਪੁਰਖ ਵੀ ਪ੍ਰਵਾਨ ਕਰਨਗੇ, SGPC ਵੀ ਪ੍ਰਵਾਨ ਕਰੇਗੀ। ਸੋ ਇਸ ਦੇ ਨਾਲ ਹੀ ਜਿਹੜੇ ਜੋ ਦਰਸ਼ਨੀ ਡਿਉੜੀ ਹੈ ਜਿਸ ਦਾ ਇਹ ਸਾਰਾ ਵਿਵਾਦ ਦਾ ਮੁੱਦਾ, ਆਹ ਹੁਣ ਅਸੀਂ ਉੱਥੇ ਚੱਲਦੇ ਹਾਂ ਔਰ ਉੱਥੇ ਜਾ ਕੇ ਦਰਸ਼ਨੀ ਡਿਉੜੀ ਦੇ ਜੋ ਸਬੂਤ ਨੇ ਅਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਤੱਕ ਲੈ ਕੇ ਚੱਲਾਂਗੇ ਔਰ ਨਾਲ ਹੀ ਜੇ ਉੱਥੇ ਜਿਹੜੀ ਸੰਗਤ ਹੈ ਆਪਾਂ ਉਹਨਾਂ ਤੋਂ ਵੀ ਮਿਲੇ ਜੁਲੇ ਵਿਚਾਰ ਉਹਨਾਂ ਦੇ ਕੀ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਚੱਲਦੇ ਹਾਂ ਦਰਸ਼ਨੀ ਡਿਉੜੀ ਦਰਬਾਰ ਸਾਹਿਬ ਤਰਨ ਤਾਰਨ। ਜਿਸ ਵਿਵਾਦਿਤ ਦਰਸ਼ਨੀ ਡਿਉੜੀ ਦੇ ਮੁੱਦੇ ਨੂੰ ਲੈ ਕੇ ਇਸ ਵੇਲੇ ਸਿੱਖ ਸੰਗਤਾਂ ਦੇ ਵਿਚਕਾਰ ਔਰ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਜੀ ਉਹਨਾਂ ਦੇ ਵਿਚਕਾਰ ਇੱਕ ਵਿਵਾਦ ਚੱਲ ਰਿਹਾ, SGPC ਦੇ ਉੱਪਰ ਵੀ ਜਿਹੜੀਆਂ ਉਂਗਲਾਂ ਚੁੱਕ ਰਹੀਆਂ ਨੇ, ਉਹ ਦਰਸ਼ਨੀ ਡਿਉੜੀ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ। ਇਹ ਹੈ ਸਾਹਮਣੇ ਸ਼੍ਰੀ ਦਰਬਾਰ ਸਾਹਿਬ, ਦਰਬਾਰ ਸਾਹਿਬ ਸ਼੍ਰੀ ਤਰਨ ਤਾਰਨ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਨਾਲ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਯਾਦਾਂ ਦੇ ਨਾਲ ਜੁੜੀ ਹੋਈ ਇਹ ਦਰਸ਼ਨੀ ਡਿਉੜੀ ਹੈ। ਜਿਸ ਦਰਸ਼ਨੀ ਡਿਉੜੀ ਦੇ ਉੱਪਰ ਵਾਲੀ ਜਿਹੜੀਆਂ ਅਸੀਂ ਦੇਖੇ ਜਿਹੜੇ ਛੱਜੇ ਨੇ, ਜਿਹੜੇ ਗੁੰਬਦ ਨੇ, ਉਹ ਗੁੰਬਦ ਜਿਹੜੇ ਨੇ ਉਹ ਸਾਰੇ ਦੇ ਸਾਰੇ ਗਿਰਾ ਦਿੱਤੇ ਗਏ ਸੀਗੇ ਔਰ ਉਸ ਤੋਂ ਬਾਅਦ ਇਹ ਸਿੱਖ ਸੰਗਤਾਂ ਦੇ ਵੱਡੇ ਰੋਸ ਕਰਕੇ ਇਹ ਜਿਹੜੀ ਕਾਰ ਸੇਵਾ ਵਾਲੇ ਬਾਬਿਆਂ ਨੇ ਵਿੱਚ ਹੀ ਡੱਕ ਦਿੱਤੀ ਸੀ। ਇਹ ਢਹਾਉਣ ਵਾਸਤੇ ਜਿਹੜੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਜਾਂ ਜਿਹੜੀ ਮਸ਼ੀਨਰੀ ਬੁਲਾਈ ਗਈ ਆ, ਇਹ ਉਹ ਮਸ਼ੀਨਰੀ ਹੈ, ਇਹ ਵੱਡੀਆਂ ਉਹ ਮਸ਼ੀਨਾਂ ਨੇ ਜਿਹੜੀਆਂ ਮਸ਼ੀਨ ਜਿਹੜੀ ਸੀਗੀ ਇਹ ਸਾਰੇ ਮਲਬੇ ਨੂੰ ਚੁੱਕ ਰਹੀ ਸੀ ਜਾਂ ਇਸ ਤੋੜ ਭੰਨ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਸੀ, ਸਾਥ ਦੇ ਰਹੀ ਸੀ। ਪਰ ਜਦੋਂ ਇਹਨੂੰ ਰੋਕਿਆ ਗਿਆ ਔਰ ਸੰਗਤਾਂ ਦੀ ਜਿਹੜੀ ਨਾਰਾਜ਼ਗੀ ਸੀ ਉਹ ਇਸ ਗੱਲ ਤੋਂ ਸਾਫ਼ ਗੁੱਸਾ ਦੇਖ ਰਿਹਾ ਕਿ ਹਰੇਕ ਮਸ਼ੀਨੀ ਦੇ ਹਰੇਕ ਟਾਇਰ 'ਚੋਂ ਹਵਾ ਜਿਹੜੀ ਹੈ ਉਹ ਕੱਢ ਦਿੱਤੀ ਗਈ ਹੈ, ਟਾਇਰ ਪੈਂਚਰ ਕਰ ਦਿੱਤੇ ਗਏ ਨੇ ਤਾਂ ਕਿ ਇਹ ਮਸ਼ੀਨਰੀ ਨੂੰ, ਇਹਦਾ ਜਿਹੜਾ ਚਾਲਕ ਹੈ ਇਹਨੂੰ ਦੁਬਾਰਾ ਚਲਾ ਨਾ ਸਕੇ। ਆਹ ਦੇਖ ਰਹੇ ਅਸੀਂ ਇੱਕ ਟਾਇਰ ਹੈ ਕਿੱਡਾ ਵੱਡਾ, ਇਸ ਮਸ਼ੀਨਰੀ ਮਜ਼ਬੂਤ ਮਸ਼ੀਨ ਦਾ ਟਾਇਰ ਹੈ, ਇਹ ਟਾਇਰ ਦੇ ਵਿੱਚੋਂ ਵੀ ਹਵਾ ਜਿਹੜੀ ਹੈ ਬਿਲਕੁਲ ਕੱਢ ਦਿੱਤੀ ਗਈ ਹੈ। ਪਰ ਜਿੱਥੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਉਹਨਾਂ ਨੇ ਆਪਣਾ ਪੱਖ ਰੱਖਦਿਆਂ ਹੋਇਆ ਔਰ ਉਹਨਾਂ ਵੱਲੋਂ ਕੁਝ ਸੇਵਾਦਾਰਾਂ ਵੱਲੋਂ ਇਹ ਕਿਹਾ ਜਾਣਾ ਕਿ ਇਹ ਜੋ ਦਰਸ਼ਨੀ ਡਿਉੜੀ ਹੈ ਇਹ ਕਿਸੇ ਇਤਿਹਾਸਿਕ ਦੇ ਨਾਲ ਜਾਂ ਇਤਿਹਾਸ ਦੇ ਨਾਲ ਨਹੀਂ ਜੁੜੀ, ਇਤਿਹਾਸਿਕ ਨਹੀਂ ਹੈ, ਬਲਕਿ ਕੁਝ ਸਮਾਂ ਪਹਿਲਾਂ ਉਸਾਰੀ ਗਈ ਸੀ SGPC ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ, ਜਾਂ ਅਸੀਂ ਕਹੀਏ ਤਾਂ ਸੰਗਤਾਂ ਵੱਲੋਂ ਉਸਾਰੀ ਗਈ ਸੀ। ਪਰ ਕੀ ਇਹਦਾ ਇਤਿਹਾਸ, ਕੀ ਵਾਕਿਆ ਇਤਿਹਾਸਿਕ ਹੈ ਜਾਂ ਨਹੀਂ, ਔਰ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਦੂਸਰਾ, ਕਾਰਵਾਈ ਦੇ ਰੋਸ ਦੇ ਵਿੱਚ ਇਸ ਵੇਲੇ ਇੱਥੇ ਬਹੁਤ ਸਿੱਖ ਸੰਗਤਾਂ ਜਿਹੜੀਆਂ ਉਹਨਾਂ ਦੇ ਨੁਮਾਇੰਦੇ ਵੀ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਇਹ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਜਗ੍ਹਾ ਦੇ ਉੱਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਔਰ ਇਹਨਾਂ ਸਿੱਖ ਸੰਗਤਾਂ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਅਜਨਾਲਾ ਉਹ ਵੀ ਬੈਠੇ ਹੋਏ ਨੇ, ਉਹਨਾਂ ਦੇ ਨਾਲ ਜਿਹੜੀ ਸਤਿਕਾਰ ਕਮੇਟੀਆਂ ਜਿਹੜੀਆਂ ਉਹਨਾਂ ਦੇ ਵੀ ਮੈਂਬਰ ਸਾਹਿਬਾਨ ਬੈਠੇ ਹੋਏ ਨੇ ਔਰ ਉੱਥੇ ਬਹੁਤ ਸਾਰੀ ਸੰਗਤ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਉੱਪਰ ਜੋ ਦਰਸ਼ਨੀ ਡਿਉੜੀ ਹੈ ਉਸ ਦਰਸ਼ਨੀ ਡਿਉੜੀ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ। ਕੀ ਮੰਗ ਹੈ ਉਹਨਾਂ ਦੀ, ਕੀ ਚਾਹੁੰਦੀਆਂ ਨੇ ਉਹ, ਕੀ ਕਾਰਵਾਈ ਦੇ ਮੂਡ 'ਚ ਨੇ ਔਰ ਕੀ ਉਹਨਾਂ ਦੀ ਮੰਗ, ਕਿਉਂ ਉਹ ਬੈਠੀਆਂ ਨੇ ਧਰਨੇ 'ਤੇ, ਆਓ ਜਾਣਨ ਦੀ ਕੋਸ਼ਿਸ਼ ਕਰਦੇ ਪਹੁੰਚਦੇ ਹਾਂ ਉਹਨਾਂ ਸੇਵਾਦਾਰਾਂ ਦੇ ਕੋਲ, ਸੰਤਾਂ ਦੇ ਕੋਲ, ਸੰਗਤਾਂ ਦੇ ਕੋਲ। ਇਸ ਵੇਲੇ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸੇ ਹੀ ਦਰਸ਼ਨੀ ਡਿਉੜੀ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਇਸ ਤੁਸੀਂ ਉਸ ਪਾਵਨ ਇਤਿਹਾਸਿਕ ਅਸਥਾਨ ਦੇ ਦਰਸ਼ਨ ਕਰ ਰਹੇ ਹੋ। ਇਸ ਅਸਥਾਨ ਦੀ ਸ਼ੋਭਾ ਵਧਾ ਰਹੀ ਸੀ ਇਹ ਦਰਸ਼ਨੀ ਡਿਉੜੀ, ਇਹ ਰਸਤਾ ਸੀ, ਇਸ ਰਸਤੇ ਦੇ ਜ਼ਰੀਏ ਸੰਗਤ ਜਿਹੜੀ ਸੀ ਦਰਸ਼ਨੀ ਡਿਉੜੀ 'ਚੋਂ ਗੁਜ਼ਰ ਕੇ ਅਤੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੀ ਸੀ ਔਰ ਉਸ 'ਤੇ ਜਾ ਕੇ ਆਪਣੀ ਸਤਿਗੁਰ ਦੇ ਅੱਗੇ ਚੋਲੀ ਫੈਲਾ ਕੇ
ਆਪਣੇ ਵਾਸਤੇ ਖੁਸ਼ੀਆਂ ਜਿਹੜੀ ਹੈ ਉਹ ਮੰਗਦੀ ਸੀ ਔਰ ਤੰਦਰੁਸਤੀਆਂ ਮੰਗਦੇ ਸੀ ਔਰ ਦੁਨੀਆ ਭਰ ਦੇ ਜਿਹੜੇ ਖਜ਼ਾਨੇ ਸੀ ਗੁਰੂ ਸਾਹਿਬ ਦੇ ਇਹਨਾਂ ਚਰਨਾਂ ਤੋਂ ਮਿਲਦੇ ਸੀ। ਪਰ ਫਿਰ ਵਿਵਾਦ ਜਿਹੜਾ ਹੁਣ ਜੁੜਿਆ ਹੈ ਉਹ ਇਸੇ ਹੀ ਦਰਸ਼ਨੀ ਡਿਉੜੀ ਨੂੰ ਲੈ ਕੇ ਹੈ। ਇਹ ਦਰਸ਼ਨੀ ਡਿਉੜੀ ਨੂੰ ਜਿਹਨੂੰ ਕੁਛ ਲੋਕ ਇਤਿਹਾਸਕ ਦੱਸ ਰਹੇ ਨੇ, ਸਿੱਖ ਜਿਹੜੀ ਯਾਦਗਾਰ ਹੈ, ਕੌਮ ਦੀ ਯਾਦਗਾਰ ਹੈ ਜਾਂ ਸਿੱਖ ਧਰਮ ਦੀ ਵਿਰਾਸਤ ਹੈ ਉਹ ਦੱਸੀ ਜਾ ਰਹੀ ਹੈ। ਪਰ ਉੱਥੇ ਨਾਲ ਹੀ ਜਿਵੇਂ ਅਸੀਂ ਦੇਖਿਆ ਕਿ ਕੁਛ ਲੋਕ ਇਹ ਕਹਿ ਰਹੇ ਨੇ ਕਿ ਇਹ ਕੋਈ ਵਿਰਾਸਤ ਨਹੀਂ ਹੈ, ਪੁਰਾਣੀ ਜ਼ਰੂਰ ਹੈ ਪਰ ਇਹਦਾ ਕੋਈ ਇਤਿਹਾਸ ਨਹੀਂ ਹੈ। ਸੋ ਆਓ ਅਸੀਂ ਜੋ ਪ੍ਰੋਟੈਸਟ ਦੇ ਉੱਪਰ ਬੈਠੇ ਨੇ ਅਸੀਂ ਉਹਨਾਂ ਦੇ ਕੋਲ ਚੱਲੀਏ, ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਕੀ ਵਜ੍ਹਾ, ਕੀ ਕਾਰਨ ਹੈ, ਪ੍ਰੋਟੈਸਟ ਕਿਉਂ ਕੀਤਾ ਜਾ ਰਿਹਾ, ਜੇਕਰ ਇਹਦੀ ਰਿਪੇਅਰ ਹੁੰਦੀ ਹੈ ਔਰ ਇਸ ਦੀ ਜਗ੍ਹਾ 'ਤੇ ਨਵੀਂ ਉਸਾਰੀ ਹੁੰਦੀ ਹੈ, ਉਸ ਉਸਾਰੀ ਦੇ ਨਾਲ ਇਹ ਲੁੱਕ, ਇਹ ਸੁੰਦਰਤਾ ਜਿਹੜੀ ਹੈ ਇਸ ਦਰਸ਼ਨੀ ਡਿਉੜੀ ਦੀ ਹੋਰ ਵਧੇਗੀ ਕਿ ਜਾਂ ਪੁਰਾਤਨ ਇਹਦੇ ਨਾਲ ਕੀ ਜੁੜਿਆ ਸੀ ਐਸਾ ਜਿਹਦੇ ਕਰਕੇ ਇਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਸੋ ਆਓ ਅਸੀਂ ਸਭ ਤੋਂ ਪਹਿਲਾਂ ਆਪਦੇ ਰੂਬਰੂ ਕਰਵਾ ਰਹੇ ਹਾਂ ਭਾਈ ਅਮਰੀਕ ਸਿੰਘ ਜੀ ਅਜਨਾਲਾ। ਅਜਨਾਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜਨਾਲਾ ਸਾਹਿਬ, ਦਰਸ਼ਨੀ ਡਿਉੜੀ ਦਾ ਇਹ ਕੀ ਮਾਮਲਾ, ਕੀ ਮਸਲਾ, ਕਿਉਂ ਬੈਠਣਾ ਪੈ ਗਿਆ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ ਕਿ ਇਹ ਜਿਹੜੀ ਦਰਸ਼ਨੀ ਡਿਉੜੀ ਆ ਸਿੱਖ ਰਾਜ ਦੀ ਸਾਡੀ ਇਹ ਵਿਰਾਸਤ ਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਕਿ ਬਾਬਿਆਂ ਨੇ ਮਨਮਰਜ਼ੀ ਨਾਲ ਢਾਈ ਆ, ਸਰਾਸਰ ਝੂਠ ਆ। ਕਾਰ ਸੇਵਾ ਵਾਲੇ ਬਾਬਿਆਂ ਕੋਲ ਸ਼੍ਰੋਮਣੀ ਕਮੇਟੀ ਦੇ ਮਤੇ ਦੀਆਂ ਕਾਪੀਆਂ ਅਤੇ ਨਕਸ਼ੇ ਦੀਆਂ ਕਾਪੀਆਂ ਵੀ ਨੇ। ਮਤਾ ਪਾ ਕਰਕੇ, ਨਕਸ਼ਾ ਬਣਾ ਕਰਕੇ ਬਾਬਿਆਂ ਨੂੰ ਸੇਵਾ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਦੇਣ ਦਾ ਬਹੁਤ ਵੱਡਾ ਜ਼ਿਆਦਾ ਅਪਰਾਧ ਕੀਤਾ। ਫਿਰ ਜਿਹੜੀ ਕਾਰ ਸੇਵਾ ਵਾਲੇ ਬਾਬਿਆਂ ਨੇ ਰਾਤ ਨੂੰ ਢਾਉਣ ਦੀ ਇਹ ਬਹੁਤ ਵੱਡੀ ਗਲਤੀ ਕੀਤੀ ਆ। ਸੰਗਤਾਂ ਨੇ ਵਿਰੋਧ ਵੀ ਕੀਤਾ ਪਰ ਫਿਰ ਵੀ ਬਾਬਿਆਂ ਨੇ ਢਾਈ ਆ। ਮੈਂ ਸਮਝਦਾ ਕਿ ਸਾਡੇ ਕੋਲੋਂ ਸਿੱਖ ਕੌਮ ਦੀ ਜਿਹੜੀ ਵਿਰਾਸਤ ਆ ਉਹ ਗੁੰਮ ਹੋ ਚੁੱਕੀ ਆ। ਮਿਸਾਲ ਦੇ ਤੌਰ 'ਤੇ ਚਮਕੌਰ ਦੀ ਗੜੀ ਕਾਰ ਸੇਵਾ ਦੀ ਭੇਟ ਹੋ ਗਈ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਾਣਿਆਂ ਵਾਲਾ ਠੰਡਾ ਬੁਰਜ ਉਹ ਕਾਰ ਸੇਵਾ ਦੀ ਭੇਟਾ ਚੜ੍ਹ ਗਿਆ। ਇਸੇ ਤਰ੍ਹਾਂ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਜਲਾਹੀ ਦਾ ਕਿਲਾ ਕਰੀਰ ਦਾ ਦਰਖਤ ਬਣਿਆ, ਉਹ ਕਾਰ ਸੇਵਾ ਦੀ ਭੇਟ ਚੜ੍ਹ ਗਿਆ। ਰੀਠਾ ਸਾਹਿਬ ਵਾਲਾ ਦਰਖਤ ਜਿਹਦੇ ਫਲ ਇੱਕ ਪਾਸੇ ਕੌੜੇ ਅਤੇ ਦੂਜੇ ਪਾਸੇ ਮਿੱਠੇ ਸਨ, ਉਹ ਵੀ ਕਾਰ ਸੇਵਾ ਦੀ ਭੇਟ ਚੜ੍ਹ ਗਿਆ। ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪਵਿੱਤਰ ਹੱਥਾਂ ਦੁਆਰਾ ਤਿਆਰ ਕੀਤਾ ਬੁਰਜ ਗੁਰਮੁਖੋ ਵੀ ਕਾਰ ਸੇਵਾ ਦੀ ਭੇਟ ਚੜ੍ਹ ਗਿਆ। ਇਸੇ ਤਰ੍ਹਾਂ ਗੁਰਦੁਆਰਾ ਸਨ ਸਾਹਿਬ ਉਹ ਵੀ ਕਾਰ ਸੇਵਾ ਦੀ ਭੇਟ ਚੜ੍ਹ ਗਿਆ। ਸ਼੍ਰੀਨਗਰ ਦੀ ਧਰਤੀ 'ਤੇ ਚਨਾਰ ਦਾ ਦਰਖਤ, ਜਿਸ ਦਰਖਤ ਦੇ ਥੱਲੇ ਛੇਵੇਂ ਪਾਤਸ਼ਾਹ ਜਾ ਕਰਕੇ ਬੈਠੇ ਸਨ, ਉਹ ਵੀ ਕਾਰ ਸੇਵਾ ਦੀ ਭੇਟ ਚੜ੍ਹ ਗਿਆ। ਇਹ ਸਾਡਾ ਵੱਡ ਮੁੱਲਾ ਇਤਿਹਾਸ ਖੁਦ ਗਰਜੀਆਂ ਕਰਕੇ ਸਾਡੇ ਕੋਲੋਂ ਅਲੋਪ ਹੋ ਗਿਆ। ਹੁਣ ਚੰਦ ਕੁ ਨਿਸ਼ਾਨੀਆਂ ਸਾਡੇ ਕੋਲ ਰਹਿ ਗਈਆਂ। ਜੇਕਰ ਇਸੇ ਤਰ੍ਹਾਂ ਆਪਾਂ ਆਪਣੇ ਸਵਾਰਥ ਅਤੇ ਪਦਾਰਥ ਦੀ ਨੀਂਦ ਵਿੱਚ ਸੁੱਤੇ ਰਹੇ ਤਾਂ ਇਤਿਹਾਸ ਸਾਡਾ ਇਹ ਵੀ ਸਾਡੇ ਤੋਂ ਅਲੋਪ ਹੋ ਜਾਣਾ। ਹੁਣ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਾਡੇ ਕੋਲ ਕੇਵਲ ਅਤੇ ਕੇਵਲ ਪਾਕਿਸਤਾਨ ਦੀ ਧਰਤੀ 'ਤੇ ਸਾਡਾ ਪੁਰਾਤਨ ਇਤਿਹਾਸ ਰਹਿ ਗਿਆ। ਜੇਕਰ ਆਪਾਂ ਜਾਗੇ ਨਾ ਤਾਂ ਸਾਡੇ ਕੋਲੋਂ ਉਹ ਵੀ ਕਾਰ ਸੇਵਾ ਦੀ ਭੇਟ ਚੜ੍ਹ ਜਾਣਾ। ਗਲਤੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹੀ ਜਾਂਦਾ ਕਿ ਸਾਨੂੰ ਪਤਾ ਹੀ ਨਹੀਂ। ਗੁਰਮੁਖੋ, ਸ਼੍ਰੋਮਣੀ ਕਮੇਟੀ ਦੇ ਮਤੇ ਦੀਆਂ ਕਾਪੀਆਂ ਆ, ਨਕਸ਼ੇ ਦੀਆਂ ਕਾਪੀਆਂ ਆ, ਮਤੇ ਦੀਆਂ ਕਾਪੀਆਂ ਇਹ ਕਿੱਥੋਂ ਆਈਆਂ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਨਹੀਂ ਸੌਂਪੀ? ਆ ਨਕਸ਼ਾ ਕਿਵੇਂ ਬਣ ਗਿਆ ਨਵੀਂ ਦਰਸ਼ਨੀ ਡਿਉੜੀ ਦਾ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਨਹੀਂ ਦਿੱਤੀ? ਇਹ ਤਾਂ ਗੱਲ ਉਹ ਬਣ ਗਈ ਨਾ, ਨਾਲੇ ਚੋਰ ਅਤੇ ਨਾਲੇ ਚਤਰ। ਨਾਲੇ ਚੋਰੀ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਨਾਲੇ ਹੁਣ ਚਤਰਾਈ ਕਰਦੇ ਆ। ਕਾਰ ਸੇਵਾ ਵਾਲੇ ਬਾਬਿਆਂ ਦਾ ਇਹੀ ਕਸੂਰ ਆ ਕਿ ਉਹਨਾਂ ਨੇ ਸੰਗਤਾਂ ਨੂੰ
ਜਾਣੂ ਨਹੀਂ ਕਰਵਾਇਆ। ਇੱਕ ਰਾਤ ਦੇ ਸਮੇਂ 'ਤੇ ਉਹਨਾਂ ਨੇ ਆ ਕਰਕੇ ਇੱਥੇ ਹਮਲਾ ਕੀਤਾ। ਗੁਰਮੁਖੋ, ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹ ਸਾਡੀ ਨਹੀਂ ਰਹਿ ਗਈ, ਇਹ ਨਰੈਣੂ ਮਹੰਤ ਦੇ ਵਾਰਸ ਬਣ ਗਏ ਆ। ਇਹ ਖੁਦ ਸਿੱਖ ਕੌਮ ਦੇ ਰਹਿਬਰ ਬਣ ਗਏ ਆ ਕਿ ਜੋ ਅਸੀਂ ਮਰਜ਼ੀ ਕਰ ਸਕਦੇ, ਸਾਨੂੰ ਕਾ ਨਾ ਕੋਈ ਰੋਕ ਸਕਦਾ ਅਤੇ ਨਾ ਕਿਸੇ ਨੂੰ ਟੋਕ ਸਕਦਾ। ਆਓ ਆਪਾਂ ਜਾਗੀਏ, ਗਿਲੇ ਸ਼ਿਕਵੇ ਤਿਆਗੀਏ ਅਤੇ ਜਿਹੜਾ ਸਾਡਾ ਬਚਿਆ ਸਿੱਖ ਇਤਿਹਾਸ ਆ ਉਹਨੂੰ ਸੰਭਾਲ ਕੇ ਰੱਖੀਏ। ਬਾਕੀ ਜੋ ਵੀ ਸੰਗਤਾਂ ਦਾ ਫੈਸਲਾ ਹੋਵੇਗਾ, ਮੈਂ ਪਹਿਲਾਂ ਵੀ ਸੰਗਤਾਂ ਦਾ ਸੇਵਾਦਾਰ, ਹੁਣ ਵੀ ਸੰਗਤਾਂ ਦਾ ਸੇਵਾਦਾਰ, ਅਤੇ ਜਿੰਨੀ ਪਰਮੇਸ਼ਰ ਨੇ ਸਵਾਸਾ ਰੂਪੀ ਪੂੰਜੀ ਸੌਂਪੀ ਆ, ਇਸੇ ਤਰ੍ਹਾਂ ਸੰਗਤਾਂ ਦੀ ਸਹਿਮਤੀ, ਸੰਗਤਾਂ ਦੇ ਨਾਲ ਜੋ ਉਹਨਾਂ ਦਾ ਮਤਾ ਹੋਵੇਗਾ, ਜੋ ਉਹਨਾਂ ਦੇ ਵਿਚਾਰ ਹੋਵੇਗਾ, ਸੰਗਤਾਂ ਦੇ ਗੁਰਮਤ ਤੋਂ ਨਾ ਤਾਂ ਪਹਿਲਾਂ ਬਾਹਰ ਸੀ, ਨਾ ਹੁਣ ਹੀ ਆ, ਅਤੇ ਨਾ ਆਉਣ ਵਾਲੇ ਸਮੇਂ ਵਿੱਚ ਹੀ ਸੰਗਤਾਂ ਦੇ ਗੁਰਮਤ ਤੋਂ ਬਾਹਰ ਹੋਵਾਂਗੇ। ਬਾਕੀ ਹੋਣਾ ਉਹ ਆ ਜਿਹੜਾ ਕਾਲ ਪੁਰਖ ਨੂੰ ਪਾਇਆ, ਨਾ ਮੇਰੇ ਵੱਸ ਆ, ਨਾ ਕਿਸੇ ਦੇ ਵੱਸ ਆ। ਹੋਣਾ ਉਹ ਆ ਜਿਹੜਾ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਚੰਗਾ ਜੋ ਪਾਇਆ, ਆਉਣ ਵਾਲੇ ਸਮੇਂ ਵਿੱਚ ਕੀ ਫੈਸਲਾ ਹੋਣਾ, ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਹਿਮਤੀ ਦੇ ਨਾਲ ਕਿਵੇਂ ਕਰਨਾ, ਉਹ ਜਿੰਨਾ ਚਿਰ ਸਾਰਿਆਂ ਦੀ ਸਹਿਮਤ ਨਹੀਂ ਉਹਨਾਂ ਚਿਰ ਤੱਕ ਇਹ ਕੋਈ ਫੈਸਲਾ ਨਹੀਂ ਕਿਸੇ 'ਤੇ ਠੋਸਿਆ ਜਾਵੇਗਾ। ਭੁੱਲਾਂ ਚੁੱਕਾਂ ਦੀ ਖਿਮਾ ਮੈਂ ਆਪਣੇ ਵੱਲੋਂ ਸਮੁੱਚੀਆਂ ਸੰਗਤਾਂ ਦਾ ਅਤੇ ਅਕਾਲ ਚੈਨਲ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਹਾਂ, ਜਿਨ੍ਹਾਂ ਨੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਦੁੱਖਦਾਈ ਘਟਨਾ ਵਾਲੀ ਖਬਰ ਨੂੰ ਪਹੁੰਚਾਉਣ ਦੀ ਸੇਵਾ ਕੀਤੀ। ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।